ਜਦੋਂ ਤੇਰੇ ਬਾਈ ਨਾਲ ਜਾਏਗੀ ਨਾ, ਲੋਕ ਸੌ ਸੌ ਗੱਲਾਂ ਕਰਨਗੇ, ਲੋਕਾਂ ਦਾ ਮੂੰਹ ਨੀ ਫੜ ਸਕਦੇ ਆਪਾਂ। ਦੀਦੀ ਮੇਰੀ ਤਾਂ ਗੱਲ ਮਨ ਦੇ ਨੇੜੇ ਤੇੜੇ ਵੀ ਨਹੀਂ, ਪਰ ਤੁਸੀਂ ਮੇਰੇ ਬਾਰੇ ਐਵੇਂ ਨਾ ਸੋਚਦੇ ਹੋ। ਮੈਂ ਤਾਂ ਮੀਤ ਤੂਰੇ ਬਹਿ ਜਾ ਪੁੱਤ, ਐ ਗੱਲਾਂ ਕਰ ਲਾ। ਤੂੰ ਮੇਰੀ ਗੱਲ ਸੁਣ, ਵੱਡੀ ਨੂੰ ਮਾਰ ਦੇ ਬੋਲ, ਚਾਰੀ ਕੁੱਟ ਕਰ ਲੂਗੀ। ਮਾਂ ਉਹ ਤਾਂ ਘਰੇ ਹੈ ਨੀ, ਮੈਂ ਬੋਲ ਕਿਵੇਂ ਮਾਰਦਾ? ਪਰ ਹੋ ਦੱਸਿਆ ਨੀ ਤੈਨੂੰ, ਮੈਂ ਸਾਰੇ ਟੱਬਰ ਚੋਂ ਨਹੀਂ ਕਿਸੇ ਨੂੰ ਦੱਸਿਆ ਵੀ ਮੈਂ ਆਉਣੀ ਆ ਜਾਂ ਨਾ ਆਉਣੀ ਆ, ਨਾ ਤੈਨੂੰ ਸ਼ਰਮ ਸ਼ੁਰਮ ਹੈ ਕਿ ਨਾ? ਐ ਨਹੀਂ ਹੈਗਾ ਵੀ ਚਾਹ ਪਾਣੀ ਬੁੜੀ ਨੂੰ ਦੁਬਾਰੇ ਫੜਾ ਜਾਓ, ਅੰਦਰ ਵੜ ਜਾਂਦੀਆਂ ਨੇ, ਪਤਾ ਨਹੀਂ ਕੀ ਕਰੀ ਜਾਂਦੀਆਂ ਨੇ। ਵੀ ਇੰਨੇ ਨਹੀਂ ਸੋਨੂੰ ਵੀ ਦੁਬਾਰੇ ਚਾਹ ਦੀ ਘੁੱਟ ਦੇ ਜੋ, ਵੀ ਆ ਭੁੱਖ ਲੱਗੀ ਪਈ ਹੈਗੀ, ਨਹੀਂ ਬੰਦਾ ਨਾ ਰੋਟੀ ਟੁੱਕ ਟਾਈਮ ਨਾ ਬਣਾ ਲਈਏ। ਬਾਕੀ 12 ਵਜੇ ਪਏ ਨੇ, ਨਾ ਰੋਟੀ ਦਾ ਨਾ ਟੁੱਕ ਦਾ। ਨੀ ਮੀਤ ਨੀ ਕੁੜੇ ਬਣਾ ਲੋ ਰੋਟੀ ਟੁੱਕ। ਲੈ ਮੰਮੀ ਤਾਂ ਨਾ ਸਾਰਾ ਦਿਨ ਮੈਨੂੰ ਹੀ ਬਾਜਾਂ ਮਾਰੀ ਜਾਂਦੀ ਰਹਿੰਦੀ ਆ। ਹਾਂ ਮੰਮੀ ਰੋਟੀਆਂ ਤਾਂ ਬਣਾ ਤੀਆਂ, ਬਸ ਸਬਜ਼ੀ ਗਰਮ ਕਰੀ ਜਾਂਦੀ ਆ ਗਈ। ਤੁਰੀ ਤਾਂ ਆਉਂਦੀ ਹੈਗੀ। ਕੀ ਗੱਲ ਮਾਂ, ਤੁਸੀਂ ਤਾਂ ਨਾ ਸਾਰਾ ਦਿਨ ਮੈਨੂੰ ਹੀ ਬਾਜਾਂ ਮਾਰਦੇ ਰਹਿੰਦੇ ਹੋ, ਉਹਨੂੰ ਵੀ ਕੋਈ ਕੰਮ ਕਹਿ ਦਿਆ ਕਰੋ। ਮੈਂ ਦੇਖ ਲਾ ਰੋਟੀਆਂ ਪਕਾ ਕੇ ਸਬਜ਼ੀ ਗਰਮ ਕਰਕੇ ਆਈ ਆ ਹੁਣ। ਮੇਰੀ ਗੱਲ ਸੁਣ, ਮੈਂ ਤੈਨੂੰ ਕੱਲੀ ਨੂੰ ਨਹੀਂ ਬੋਲ ਮਾਰਿਆ ਸੀ, ਦੋਨਾਂ ਨੂੰ ਮਾਰਿਆ ਸੀਗਾ। ਮਾਂ ਜੇ ਦੋਨਾਂ ਨੂੰ ਮਾਰਿਆ, ਉਹਦੇ ਘਰ ਵਾਲਾ ਬਾਹਰਲੇ ਦੇਸ਼ ਗਿਆ, ਠੀਕ ਆ, ਫਿਰ ਵੀ ਉਹਦਾ ਬਜੋਗ ਲੈ ਕੇ ਪਈ ਰਹਿੰਦੀ ਆ। ਕਿੱਥੇ ਤਾਂ ਉਹਨੂੰ ਖੁਸ਼ੀ ਹੋਣੀ ਚਾਹੀਦੀ, ਮੇਰੇ ਘਰ ਵਾਲਾ ਬਾਹਰ ਕੰਮ ਕਰਦਾ। ਨੀ ਸੰਦੀਪ, ਨੀ ਸੰਦੀਪ, ਲੈ ਮਾਂ ਬੋਲੀ ਆ ਹੁਣ। ਮੇਰੀ ਗੱਲ ਸੁਣ, ਤੂੰ ਐ ਕਰ, ਮੈਨੂੰ 2 ਰੋਟੀਆਂ ਪਾ ਕੇ ਲਿਆ ਕੇ ਦੇ, ਇਹਨੂੰ ਮੇਰੇ ਕੋਲੇ ਭੇਜ, ਇਹਦੇ ਨਾਲ ਮੈਂ ਕਰਦੀ ਆ ਗੱਲ। ਠੀਕ ਆ ਮਾਂ, ਭੇਜਦੀ ਆ। ਲੈ ਸੰਦੀਪ ਇੱਥੇ ਬੈਠੀ ਨਾ, ਤੂੰ ਮੇਕਅਪ ਕਰੀ ਜਾਂਦੀ ਆ, ਮਾਂ ਤੈਨੂੰ ਇੰਨੀਆਂ ਬਾਜਾਂ ਮਾਰੀ ਜਾਂਦੀ ਆ। ਓਹੋ ਦੀਦੀ ਮੈਂ ਤਿਆਰ ਹੋਣ ਲੱਗ ਗਈ ਸੀ, ਨਾਲੇ ਅੱਜ ਨਾ ਮੈਂ ਲੇਟ ਉੱਠੀ ਸੀ, ਕੋਈ ਨਾ ਕੰਮ ਤਾਂ ਮੈਂ ਕਰਵਾ ਦਿੰਨੀ ਆ ਤੁਹਾਡੇ ਨਾਲ। ਮੈਂ ਕਿਹਾ ਚੱਲ ਪਹਿਲਾਂ ਤਿਆਰ ਹੋ ਜਾ, ਫੇਰ ਹੀ ਕੰਮ ਕਰਵਾਉਂਗੀ। ਚੱਲ ਤਿਆਰ ਤਾਂ ਹੱਥਾਂ ਨਾਲ ਹੁੰਦੀ ਸੀ, ਜਵਾਨ ਨੂੰ ਤਾਂ ਨਹੀਂ ਲਗਾਮ ਦਿੱਤਾ ਸੀ, ਇੱਕ ਵਾਰੀ ਮਾੜਾ ਜਿਹਾ ਬੋਲ ਕੇ ਕਹਿ ਦਿੰਦੀ ਮਾਂ ਆਉਣੀ ਆ। ਮੇਰਾ ਧਿਆਨ ਨਹੀਂ ਗਿਆ, ਨਾ ਮੈਨੂੰ ਆਵਾਜ਼ ਸੁਣੀ ਆ, ਨਾ ਏਡੀ ਕੀ ਕਾਲ ਪਈ ਸੀਗੀ ਉਹ ਜਿਹੜਾ ਮੈਨੂੰ ਬੁਲਾਈ ਜਾਂਦੀ ਸੀ। ਤੁਸੀਂ ਗੱਲ ਸੁਣ ਲੈਂਦੇ ਹੋਗੇ? ਮੈਂ ਤਾਂ ਜਾਨੀ ਆ ਬਸ ਮਾਂ ਲਈ ਰੋਟੀ ਪਾ ਕੇ, ਤੇ ਮਾਂ ਤੈਨੂੰ ਬੁਲਾਈ ਜਾਂਦੀ ਆ, ਜਾਂ ਬਾਹਰ ਭੱਗ ਜਾ। ਬਾਹਰ ਤਾਂ ਮੈਂ ਵਗ ਜਾਂਦੀ ਹਾਂ, ਮੇਰੀ ਨਾ ਸਿਹਤ ਜੀ ਠੀਕ ਨਹੀਂ ਸੀਗੀ, ਤਾਂ ਹੀ ਫਿਰ ਮੈਂ ਬੈਠੀ ਸੀਗੀ, ਤੇ ਮੈਂ ਕਿਹਾ ਨਾਲੇ ਚੱਲ ਤਿਆਰ ਹੋ ਕੇ ਮਾੜਾ ਮੋਟਾ ਕੰਮ ਕਰਵਾ ਦੂੰ, ਤੁਹਾਨੂੰ ਪਤਾ ਹੀ ਹੈਗਾ। ਸਿਹਤ ਨੂੰ ਦੱਸ ਤੇਰੇ ਨੂੰ ਕੀ ਹੋਇਆ, ਤੂੰ ਤਾਂ 24 ਘੰਟੇ ਇਹੀ ਕਹਿੰਦੀ ਰਹਿੰਦੀ ਆ। ਲੈ ਇਹ ਮੇਰੇ ਤੂੰ ਹੀ ਖਾ ਮਖਾ ਦਾ ਰੋਗ ਜਮਾਈ ਜਾਂਦੀ ਰਹਿੰਦੀ ਆ, ਉਹ ਤਾਂ ਸੱਸ ਆ ਉਹਨੇ ਤਾਂ ਜਮਾਉਣਾ ਹੀ ਜਮਾਉਣਾ, ਇਹ ਧੱਕੇ ਨਾਲ ਹੀ ਪਤਾ ਨਹੀਂ ਕੀ ਭਾਲਦੀਆਂ ਰਹਿੰਦੀਆਂ ਨੇ ਮੇਰੇ। ਹਾਏ ਮਾਮਾ ਦੁੱਧ ਵੀ ਆ ਪਿਆ ਗਾ, ਆਪਦੇ ਮਰੇ ਬਿਨਾ ਕਾਹਨੂੰ ਸਵਰਗ ਨੂੰ ਜਾਈਦਾ, ਇਹਨਾਂ ਨੇ ਤਾਂ ਜਮਾਂ ਸ਼ਰਮ ਲਾਈ ਆ, ਕੋਈ ਦੁੱਧ ਨੂੰ ਨਹੀਂ ਦੇਖਦੇ। ਜੇ ਤਾਂ ਮੁੱਲ ਲਿਆਉਣਾ ਪਵੇ ਇਹਨਾਂ ਨੂੰ ਫੇਰ ਪਤਾ ਲੱਗੇ, ਹੁਣ ਭਰ ਭਰ ਬਾਟੇ ਚਾਹਾਂ ਦੇ ਪੀ ਲੈਂਦੀਆਂ ਨੇ। ਧਮਣਾ ਆਪ ਹੀ ਬਾਲਾ। ਮਾਂ ਬੁਲਾਈ ਜਾਂਦੇ ਸੀਗੇ, ਤੁਸੀਂ ਕੀ ਹੋ ਗਿਆ? ਨਹੀਂ ਜੇ ਮੈਂ ਤੁਹਾਨੂੰ ਬੋਲ ਮਾਰੂੰਗੀ ਫੇਰ ਹੀ ਤੁਸੀਂ ਕੋਈ ਕੰਮ ਕਰੋਗੇ, ਆ ਹੁਣ ਕੰਮ ਨੂੰ ਮਾੜਾ ਮੋਟਾ ਹੱਥ ਪਾ ਲਿਆ ਕਰੋ, ਸਿਖਰ ਦੁਪਹਿਰਾ ਹੋ ਗਿਆ। ਮਾਂ ਮੈਂ ਠੀਕ ਨਹੀਂ ਸੀਗੀ, ਇੱਕ ਤਾਂ ਮੇਰਾ ਸਿਰ ਸਵੇਰ ਦਾ ਫਟੀ ਜਾਂਦਾ ਗਾ, ਤੇ ਮੇਰਾ ਨਾ ਅੱਜ ਸਰੀਰ ਸੈੱਟ ਜਿਹਾ ਨਹੀਂ ਸੀਗਾ, ਲੇਟ ਉੱਠੀ ਸੀਗੀ ਮੈਂ। ਮੇਰੀ ਗੱਲ ਸੁਣ, ਕੱਢ ਕੇ ਤਾਂ ਨਵਾਂ ਸੂਟ ਚਾੜ ਲਿਆ, ਲਿਪਾ ਪੋਚੀ ਤੂੰ ਊ ਕਰ ਲਈ ਹੈ, ਹਜੇ ਤੇਰਾ ਸਰੀਰ ਨਹੀਂ ਸੈੱਟ ਸੀਗਾ, ਤੂੰ ਤਾਂ ਰੋਜ਼ ਦੇ ਤੇਰੇ ਬਹਾਨੇ ਨੇ, ਕੱਲ ਵੀ ਤੂੰ ਕਹਿੰਦੀ ਸੀ ਤੇ ਪਰਸੋਂ ਵੀ ਤੂੰ ਕਹਿੰਦੀ ਸੀ। ਨਹੀਂ ਮਾਂ ਸੱਚੀ ਅੱਜ ਮੇਰਾ ਸਰੀਰ ਸੈੱਟ ਨਹੀਂ ਸੀਗਾ, ਫੇਰ ਕੀ ਹੋ ਗਿਆ ਜਦ ਦੀਦੀ ਨੇ ਕੰਮ ਕਰ ਲਿਆ, ਅੱਗੇ ਕੀ ਮੈਂ ਉਹਦੇ ਨਾਲ ਕੰਮ ਕਰਵਾਉਂਦੀ ਨਹੀਂ ਹੈਗੀ। ਤੇਰੇ ਤਾਂ ਇਹ ਰੋਜ਼ ਦੇ ਬਹਾਨੇ ਨੇ, ਤੇਰਾ ਕੱਲੀ ਦਾ ਬੰਦਾ ਬਾਹਰ ਨਹੀਂ ਗਿਆ, ਅੱਧਾ ਮੁਲਕ ਬਾਹਰ ਬੈਠਾ ਗਾ, ਕਹਿੰਦਾ ਸਾਰੀਆਂ ਤੀਵੀਆਂ ਬੈਠੀ ਕੰਮ ਕਰਦੀਆਂ ਨੇ ਉਰੇ।
ਓਹੋ ਕੰਮ ਤਾਂ ਕਰਦੀਆਂ ਨੇ, ਮੈਂ ਵੀ ਤਾਂ ਘਰ 'ਚ ਕੰਮ ਕਰਦੀ ਹਾਂ। ਤੂੰ ਤਾਂ ਨਾਲੇ ਮੈਂ ਉਵੇਂ ਬੋਲਣ ਲੱਗ ਜਾਂਦੀ ਹਾਂ, ਉਹਨੂੰ ਕਿਧਰੇ ਵਿੱਚ ਦੀ ਟੰਗ ਦੀ ਬਾਂਹ ਉਹਦੀ ਡਾ ਲੈਂਦੀ ਹਾਂ। ਮੈਂ ਕੁਛ ਕਿਹਾ ਬੋਲੀ ਹੈਗੀ ਤੁਹਾਨੂੰ ਕੁਛ? ਕੋਈ ਨਾ, ਮੈਂ ਕੰਮ ਕਰਵਾ ਦਿੰਦੀ ਹੈਗੀ। ਅੱਜ ਮੈਂ ਲੇਟ ਉੱਠੀ ਸੀ ਤਾਂ ਨਹੀਂ ਕੁਛ ਹੋਇਆ ਮੇਰੇ ਤੋਂ। ਤੂੰ ਤਾਂ ਰੋਜ਼ ਹੀ ਲੇਟ ਉੱਠਦੀ ਆ, ਤੂੰ ਸੁਨੇਹਾ ਕਿੱਥੇ ਉੱਠੀ ਹੈਗੀ? ਚੱਲ ਕੋਈ ਨਾ ਮਾਂ, ਤੂੰ ਬੋਲਣਾ, ਮੈਂ ਕਰਵਾ ਦਿੰਦੀ ਹਾਂ ਕੰਮ ਜਾ ਕੇ ਉਹਦੇ ਨਾਲ। ਜੇ ਕੰਮ ਕਰਵਾਉਣ ਵਾਲੀ ਹੋਵੇ ਫਿਰ ਗੱਲਾਂ ਕਾਹਦੀ ਆ, ਫਿਰ ਮੈਂ ਇੰਨਾ ਤੈਨੂੰ ਬੋਲਾਂ ਵੀ ਨਾ। ਜਾ ਹੁਣ, ਮੇਰੇ ਮੂੰਹ ਕਣੀ ਦੇਖਦੀ ਕੀ ਆ, ਕਰ ਲੈ ਕੋਈ ਕੰਮ। ਇਹਦਾ ਵੀ ਮਨਾ ਸਰੇ ਹੀ ਪਿਆ ਗਾ, ਆਏ ਨੀ ਵੀ ਕੋਈ ਡੱਕਾ ਦੂਰਾ ਕਰ ਲਈਏ, ਬਸ ਪੈਰ ਮਾਰਦੀ ਫਿਰੀ ਜਾਂਦੀ ਆ, ਚੰਗਾ ਸੂਟ ਪਾ ਲੈਂਦੀ ਆ, ਚੰਗਾ ਲਿਪਾ ਪੋਚੀ ਕਰ ਲੈਂਦੀ ਆ, ਆਪ ਨੂੰ ਤਾਂ ਹੁਣ ਧੰਦੇ ਕਰਨੇ ਪੈਣਗੇ। ਹੋ ਮੌਸਮ ਜਿਹਾ ਚੇਂਜ ਹੋ ਗਿਆ, ਗਰਮੀ ਹੋ ਗਈ ਪਹਿਲਾਂ ਨਾਲੋਂ ਬਹੁਤ ਜ਼ਿਆਦਾ। ਕੀ ਫੋਨ ਆਈ ਜਾਂਦਾ? ਹਾਏ ਬਾਈ ਦਾ ਫੋਨ ਆ। ਹੈਲੋ, ਹਾਂ ਬਾਈ, ਹਾਂ ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ ਤੁਸੀਂ? ਹਾਂ ਹਾਂ ਬਾਈ, ਠੀਕ ਠੀਕ, ਸਾਰੇ ਵਧੀਆ ਇੱਥੇ ਵੀ। ਹੋਰ ਬਾਈ, ਰੋਟੀ ਪਾਣੀ ਟਾਈਮ ਨਾਲ ਖਾ ਲੈਂਦੇ ਹੋ ਤੁਸੀਂ? ਠੀਕ ਹੈ ਵੀਰੇ, ਕੋਈ ਗੱਲ ਨਹੀਂ, ਮੈਂ ਕਰਾਉਣੀ ਹੈ ਤੁਹਾਡੀ ਮੰਮੀ ਨਾਲ ਗੱਲ, ਠੀਕ ਹੈ, ਜਾਂਦੀ ਹਾਂ ਮੈਂ ਬਾਹਰ। ਹਾਂ ਹਾਂ ਵੀਰੇ, ਪਹੁੰਚ ਗਈ ਮੈਂ ਬਸ ਮਾਂ ਕੋਲ ਬਰਾਂਡੇ 'ਚ। ਮਾਂ, ਆਹ ਬਾਈ ਦਾ ਨਾ ਬਾਹਰੋਂ ਫੋਨ ਆਇਆ, ਗੱਲ ਕਰ ਲਓ ਤੁਸੀਂ। ਮੇਰੇ ਪੁੱਤ ਦਾ ਫੋਨ ਆਇਆ? ਹਾਂਜੀ, ਕਰ ਲਓ ਗੱਲ। ਹੈਲੋ, ਸਤਿ ਸ਼੍ਰੀ ਅਕਾਲ ਪੁੱਤ। ਹਾਂ, ਹੋਰ ਸਾਰੀ ਠੀਕ ਆ? ਜੀ ਲੱਗ ਗਿਆ ਪੁੱਤ ਤੇਰਾ? ਪੁੱਤ ਪਹਿਲਾਂ ਪਹਿਲਾਂ ਤਾਂ ਲੱਗਦਾ ਹੀ ਨਹੀਂ ਹੁੰਦਾ, ਹੁਣ ਤਾਂ ਲੱਗ ਗਿਆ। ਆਏ ਤਾਂ ਪੁੱਤ ਹੁੰਦਾ ਹੀ ਹੈਗਾ, ਫਿਰ ਵੀ ਬਾਹਰੇ ਕੰਮ ਕਰਨਾ ਬਹੁਤ ਔਖਾ ਗਾ। ਚੱਲ ਕੋਈ ਨਾ ਪੁੱਤ, ਅਖਾਈ ਨਹੀਂ ਸਿਖਾਈਆਂ ਹੁੰਦੀਆਂ ਨੇਗੀਆਂ। ਨਾ ਪੁੱਤ, ਸੰਦੀਪ ਤਾਂ ਸੁੱਤੀ ਪਈ ਹੈਗੀ। ਹਾਂ ਮੀਤੇ ਤਾਂ ਉੱਠ ਖੜੀ, ਉਹ ਤਾਂ ਸੁਨੇਹੀ ਉੱਠ ਖੜਦੀ ਹੈ। ਸੰਦੀਪ ਨੂੰ ਤਾਂ ਅਸੀਂ ਤਾਂ ਨਹੀਂ ਠਾਉਂਦੇ, ਉਹ ਨਿਆਣੀ ਸਿਆਣੀ ਹੈਗੀ ਜਵਾਕੜੀ, ਕੀ ਉਹਨੂੰ ਠਾਉਣਾ ਗਾ। ਲੈ ਦੇਖ ਲਾ ਕਿੰਨੀ ਮਾੜੀ ਆ, ਗੱਲ ਕਰਾਉਣ ਦੀ ਮਾਰੀ ਨੇ ਕਿਹਾ ਤਾਂ ਉਹਨੂੰ ਤਾਂ ਸੁੱਤੀ ਪਈ ਹੈਗੀ। ਇੱਕ ਤੂੰ ਉਹ ਵੀ ਇਹੋ ਜਿਹਾ, ਉਹਨੂੰ ਵੀ ਨਹੀਂ ਦੇਣਾ ਵੀ ਮੈਂ ਕਹਿਦਾ ਮਾਂ ਨੂੰ ਵੀ ਲੈ ਗੱਲ ਕਰਾ ਦੇ ਮੇਰੀ ਠਾ ਕੇ ਉਹਨੂੰ। ਚੱਲ ਕੋਈ ਨਾ, ਮੈਂ ਆਪੇ ਗੱਲ ਕਰ ਲੂੰ ਫੋਨ ਲਾ ਕੇ, ਪਰ ਫੋਨ ਵੀ ਨਹੀਂ ਲਾਉਣਾ ਉਹਨੇ ਤਾਂ, ਅੱਜ ਪਤਾ ਨਹੀਂ ਕਿਵੇਂ ਲਾ ਲਿਆ। ਚੱਲ ਮਨਾ, ਮੈਨੂੰ ਤਾਂ ਕੰਮ ਕਰਨਾ ਹੀ ਪਊਗਾ। ਠੀਕ ਹੈ ਪੁੱਤ, ਚੰਗਾ ਸ਼ਾਮ ਨੂੰ। ਠੀਕ ਹੈ ਪੁੱਤ, ਮੇਰੀ ਗੱਲ ਸੁਣ, ਸੰਦੀਪ ਨੂੰ ਪੁੱਤ ਚਾਹੇ ਰੋਜ਼ ਫੋਨ ਲਾ ਲਿਆ ਕਰ, ਮੇਰੇ ਨਾਲ ਗੱਲ ਜ਼ਰੂਰ ਕਰ ਲਿਆ ਕਰ। ਨਾ ਨਾ ਪੁੱਤ, ਅਜੇ ਤਾਂ ਮੈਨੂੰ ਤੇਰੇ 'ਤੇ ਮਾਣ ਆ। ਠੀਕ ਹੈ ਪੁੱਤ, ਠੀਕ ਆ, ਚੱਲ ਤੂੰ ਕਰ ਲਾ ਆਰਾਮ ਫਿਰ। ਠੀਕ ਆ ਪੁੱਤ। ਸੰਦੀਪ, ਮੈਨੂੰ ਤਾਂ ਲੱਗਦਾ ਉੱਧਰ ਨੂੰ ਵਗ ਗਈ, ਚੱਲ ਮੈਂ ਹੀ ਫੜਾ ਆਉਂਦੀ ਹਾਂ ਫੋਨ। ਰੱਬਾ ਥੱਕ ਜਾਈਦਾ ਸਾਰਾ ਦਿਨ। ਲੈ ਮੀ ਤਾਂ ਤੇਰਾ ਫੋਨ ਭਾਈ। ਲਿਆ ਮਾਂ, ਹੋ ਗਈ ਬਾਈ ਨਾਲ ਗੱਲ? ਹਾਂ ਬਾਈ ਨਾਲ ਤਾਂ ਤੇਰੇ ਨਾਲ ਹੋ ਗਈ ਗੱਲ। ਕਿਵੇਂ, ਠੀਕ ਠਾਕ ਆ ਮਾਂ? ਵਧੀਆ। ਠੀਕ ਠਾਕ ਆ ਪੁੱਤ, ਸਾਰੇ ਖੈਰ ਸੁੱਖ ਆ ਗਈ, ਵਧੀਆ ਉਹਨੂੰ ਕੰਮ ਮਿਲ ਗਿਆ। ਚੱਲ ਵਧੀਆ ਹੋਇਆ ਮਾਂ, ਕੀ ਕਹਿੰਦਾ, ਜੀ ਲੱਗ ਗਿਆ? ਜੀ ਤਾਂ ਪੁੱਤ ਹੁਣ ਲਾਉਣਾ ਪੈਂਦਾ, ਪਰਦੇਸਾਂ 'ਚ ਜੀ ਥੋੜੀ ਲੱਗਦਾ ਹੁੰਦਾ, ਹੁਣ ਤਾਂ ਜੀ ਲਾ ਕੇ ਰਹਿਣਾ ਪਊਗਾ ਇੱਥੇ। ਗੱਲ ਤਾਂ ਤੁਹਾਡੀ ਸਹੀ ਹੈ ਮਾਂ। ਤੇ ਨਹੀਂ ਪੁੱਤ, ਉਹ ਪੈਸੇ ਪਾਉਣ ਨੂੰ ਕਹਿੰਦਾ ਸੀ। ਕਿਉਂ ਮਾਂ, ਪੈਸੇ ਇੰਨੀ ਛੇਤੀ? ਪੁੱਤ ਉਹਨੇ ਕਿਸੇ ਤੋਂ ਫੜੇ ਫੁੜੇ ਹੋਣਗੇ, ਪਤਾ ਨਹੀਂ ਕਿਸੇ ਤੋਂ ਲੈਤੇ ਹੋਣਗੇ, ਸੰਦੀਪ ਨੇ ਕਿਤੇ ਫੋਨ ਕੀਤਾ ਹੋਣਾ ਗਾ। ਲੈ ਸੰਦੀਪ ਨੇ ਇੰਨੀ ਛੇਤੀ ਕਿਉਂ ਫੋਨ ਕਰਤਾ? ਇਹਨੂੰ ਤਾਂ ਇਹ ਰਹਿੰਦਾ ਬਸ ਵੀ ਮੈਂ ਤੇ ਮੇਕਅਪ ਦਾ ਸਮਾਨ ਲੈ ਲਾ ਛੇਤੀ, ਉਹਨੂੰ ਵਿਚਾਰੇ ਨੂੰ ਤੰਗ ਕਰੀ ਜਾਂਦੀ ਹੈਗੀ।
ਓਹੀ ਗੱਲ ਆ ਪੁੱਤ, ਬਹਾਨਾ ਲਾ ਦਿੰਦੀ ਆ ਆਕੇ ਮੈਂ ਬਿਮਾਰ ਆ ਗਈ, ਮੈਂ ਦਵਾਈ ਲਿਆਉਣੀ ਆ। ਓਹੀ ਤਾਂ ਗੱਲ ਆ ਮਾਂ, ਓਹਨੂੰ ਸੈਟਲ ਤਾਂ ਹੋ ਲੈਣ ਦੋ ਵਿਚਾਰੇ ਨੂੰ, ਓਹਦੀਆਂ ਆਪਦੀਆਂ ਹੀ ਜ਼ਰੂਰਤਾਂ ਬਥੇਰੀਆਂ ਹੋਣੀਆਂ ਹਜੇ ਤਾਂ, ਓਹਨੂੰ ਵੀ ਚਾਹੀਦੇ ਆ ਨਾ ਪੈਸੇ, ਇੰਨੀ ਛੇਤੀ ਮੰਗਣ ਲੱਗ ਗਏ ਫਿਰ ਓਹਦਾ ਟਾਈਮ ਪਾਸ ਕਿਵੇਂ ਹੋਊਗਾ। ਬਸ ਧੀਏ ਜਿਹੜੀਆਂ ਗੱਲਾਂ ਨੇ ਤੈਨੂੰ ਪਤਾ ਹੀ ਆ, ਹੁਣ ਮੈਂ ਕੀ ਕਹਿ ਸਕਦੀ ਆ। ਹੋਰ ਧੀਏ ਸਾਰੇ ਕੰਮ ਨਿਬੜ ਗਏ? ਮਾਂ ਕੰਮ ਤਾਂ ਨਿਬੜ ਗਿਆ ਸਾਰਾ, ਤਾਂ ਹੀ ਮੈਂ ਵਿਹਲੀ ਪੈ ਗਈ ਸੀਗੀ। ਚੱਲ ਧੀਏ ਤੂੰ ਵੀ ਕਰ ਲਾ ਆਰਾਮ, ਮੈਂ ਵੀ ਜਾਂਦੀ ਹੈਗੀ। ਚੱਲ ਠੀਕ ਆ ਮਾਂ, ਲੈ ਇਹ ਵੀ ਆ ਗਏ ਮਾਂ। ਲੱਗਦਾ ਦੋਨੇ ਜਾਣੀਆਂ ਮੇਰੀਆਂ ਚੁਗਲੀਆਂ ਕਰੀ ਜਾਂਦੇ ਹੋ ਹਨਾ? ਪੁੱਤ ਚੁਗਲੀਆਂ ਤਾਂ ਕਾਹਦੀਆਂ ਕਰਦੀਆਂ, ਇਹ ਤਾਂ ਘਰੇਲੂ ਗੱਲਾਂ ਨੇ, ਉਹੀ ਗੱਲਾਂ ਕਰਦੇ ਆ ਪੁੱਤ। ਠੀਕ ਹੈ ਠੀਕ ਹੈ, ਤੂੰ ਐਂ ਕਰ ਪੁੱਤ, ਬੰਟੂ ਨੂੰ ਚਾਹ ਪਾਣੀ ਪਿਆ, ਮੈਂ ਤਾਂ ਘੰਟਾ ਆਰਾਮ ਕਰਦੀ ਆ। ਕੋਈ ਨੀ ਮਾਂ ਤੂੰ ਆਰਾਮ ਕਰ ਲੈ, ਮੈਂ ਪਿਆ ਦਿੰਨੀ ਆ ਚਾਹ ਪਾਣੀ। ਚੱਲ ਪੈ ਜਾ ਜਾ ਕੇ ਕੋਈ ਨਾ। ਮੋਢਾ ਹੈ ਨਾ ਜ਼ਿਆਦਾ ਹੀ ਦੁਖੀ ਜਾਂਦਾ। ਤੁਹਾਨੂੰ ਮੈਂ ਕਿਹਾ ਸੀ ਵਧੀਆ ਡਾਕਟਰ ਨੂੰ ਦਿਖਾ ਲੈਂਦੇ। ਓਹੋ ਦਿਖਾ ਕੇ ਤਾਂ ਆਇਆ ਸੀਗਾ, ਇੱਕ ਅੱਜ ਮੈਂ ਇਹਨਾਂ ਦੇ ਕੰਮ ਜਿਹਾ ਕਰਾਈ ਜਾਂਦੇ ਨੇ ਉਧਰ, ਉਹ ਦੇਗੇ ਦੁਗੇ ਜੇ ਚੱਕੀ ਗਿਆ, ਉਹਦੇ ਨਾਲ ਵੱਧ ਦੁਖਣ ਲੱਗ ਗਿਆ। ਤੁਹਾਡਾ ਵੀ ਸਰੇ ਹੀ ਪਿਆ, ਜੋ ਤੁਹਾਨੂੰ ਪਤਾ ਹੱਥ ਤੁਹਾਡਾ ਨਹੀਂ ਕੰਮ ਕਰਦਾ, ਮੋਢਾ ਤੁਹਾਡਾ ਨਹੀਂ ਕੰਮ ਕਰਦਾ, ਫਿਰ ਕੜਾਹੀ ਤੇ ਐਂ ਕਿਉਂ ਕੰਮ ਕਰਾਈ ਜਾਂਦੇ? ਨਾ ਕਰਾਓ। ਓਹੋ ਤੂੰ ਵੀ ਕਮਾਲ ਕਰੀ ਜਾਂਦੀ ਆ, ਪਹਿਲਾਂ ਤਾਂ ਐਂ ਦੇਖ ਲਾ ਵੱਡੇ ਦੇ ਵਿਆਹ ਵੇਲੇ ਸਾਰਾ ਟੱਬਰ ਮੂਹਰੇ ਲੱਗ ਕੇ ਕੰਮ ਕਰਾਏ ਗਏ, ਫਿਰ ਜਦੋਂ ਆਪਣਾ ਵਿਆਹ ਸੀ ਉਦੋਂ ਤਾਂ ਉਦੋਂ, ਹੁਣ ਜੇ ਮੈਂ ਨਾ ਜਾਂਦਾ ਚੱਲ ਵੱਡਾ ਤਾਂ ਬਾਹਰ ਗਿਆ ਹੋਇਆ, ਕੀ ਕਹਿੰਦੇ ਸਰੀਕੇ ਕਬੀਲੇ ਦਾ ਕੰਮ ਆ ਵੀ ਸਾਰਾ, ਅਸੀਂ ਤਾਂ ਵਿਆਹ 'ਚ ਹੁੱਬ ਹੁੱਬ ਮੂਹਰੇ ਤੁਰਦੇ ਸੀ, ਇਹਨਾਂ ਦਾ ਕੋਈ ਵੀ ਨਹੀਂ ਆਏਗਾ ਉੱਥੇ। ਚੱਲ ਕੰਮ ਘੱਟ ਕੀਤਾ, ਕੋਲ ਤਾਂ ਖੜੇ ਰਗੜੇ ਨੂੰ ਆਇਆ ਤਾਂ ਹੋਇਆ ਵੀ ਆਇਆ ਇੱਥੇ। ਚੱਲ ਕੋਈ ਨੀ ਜੀ, ਇਹ ਤਾਂ ਛੱਡੋ, ਮੈਂ ਨਾ ਤੁਹਾਨੂੰ ਐਂ ਦੱਸਦੀ ਸੀ, ਬਾਹਰੋਂ ਨਾ ਭਾਜੀ ਨੇ ਪੈਸੇ ਪਾਏ ਆ। ਓ ਯਾਰ ਨਾ ਤੁਹਾਨੂੰ ਬੁੜੀਆਂ ਨੂੰ ਹੋਰ ਕੋਈ ਕੰਮ ਹੀ ਨਹੀਂ ਹੈਗਾ, ਜਾਂ ਚਾਹ ਦੀ ਕੁੱਟ ਬਣਾ ਲਿਆ, ਪਾ ਤੇ ਉਹਨੇ ਡਾਲਰ। ਚਾਹ ਦੀ ਕੁੱਟ ਤਾਂ ਮੈਂ ਪਾ ਲਿਆਉਂਗੀ ਜੀ, ਤੁਸੀਂ ਤਾਂ ਨਾ ਮੇਰੀ ਗੱਲ ਦਾ ਸੱਚ ਨਹੀਂ ਮੰਨਦੇ ਹੈਗੇ, ਮੈਂ ਸੱਚੀ ਕਹਿੰਦੀ ਆ, ਮੈਨੂੰ ਮਾਂ ਨੇ ਦੱਸਿਆ। ਓ ਯਾਰ ਮੈਂ ਸੱਚ ਮੰਨ ਵੀ ਕਿਵੇਂ ਲਵਾਂ, 3 ਮਹੀਨੇ ਤਾਂ ਪਹਿਲਾਂ ਉਹਨੂੰ ਕੰਮ ਨਹੀਂ ਮਿਲਿਆ ਹੈਗਾ, ਹਜੇ ਮੈਨੂੰ ਤਾਂ 10 ਪਤਾ ਨਹੀਂ 12 ਦਿਨ ਹੋਇਆ ਮੈਂ ਵੀ ਉਹਦੇ ਨਾਲ ਫੋਨ ਤੇ ਗੱਲ ਕਰਦਾ ਹੁੰਦਾ, ਇੰਨੀ ਛੇਤੀ ਉਹਨੂੰ ਡਾਲਰ ਕਿੱਥੋਂ ਆ ਗਏ ਜਿਹੜਾ ਇੱਥੇ ਪਾਊਗਾ? ਮੈਨੂੰ ਨਹੀਂ ਪਤਾ ਜੀ, ਮੈਨੂੰ ਤਾਂ ਮਾਂ ਨੇ ਦੱਸਿਆ, ਜਦੋਂ ਇਹ ਕਹਿੰਦੀ ਰਹਿੰਦੀ ਹੈ ਮੈਂ ਬਿਮਾਰ ਆ, ਮੇਰੀ ਸਿਹਤ ਨਹੀਂ ਸੈੱਟ, ਮੇਰਾ ਆਏ ਨਹੀਂ ਸੈੱਟ, ਲਿਆਉਣਾ ਤਾਂ ਮੇਕਅਪ ਦਾ ਸਮਾਨ ਹੁੰਦਾ ਗਾ। ਉਹ ਯਾਰ ਉਈ ਨਾ ਮਾਂ ਨੂੰ ਉੱਚਾ ਤਾਂ ਸੁਣਦਾ ਹੈਗਾ, ਉਹਨੇ ਕਿਹਾ ਕੁਛ ਹੋਰ ਹੋਊਗਾ ਤੈਨੂੰ ਕਾ ਹੈ ਜੇ ਸੁਣ ਗਿਆ, ਹਜੇ ਉਹਦਾ ਆਪਦਾ ਟਾਈਮ ਪਾਸ ਨਹੀਂ ਹੁੰਦਾ ਹੈਗਾ, ਅੱਜ ਹੀ ਉਹ ਉਧਰ ਨੋਟ ਨਾ ਭੇਜਣ ਲੱਗ ਜੇ, ਗਾਹਾਂ ਦਰਖਤਾਂ ਨਾਲ ਨਹੀਂ ਲੱਗੇ ਹੈਗੇ ਜਿਹੜੇ ਤੋੜ ਤੋੜ ਕੇ ਭੇਜੀ ਜਾਊਗਾ। ਜਾ ਹੁਣ ਤੂੰ ਐਂ ਕਰ, ਮੈਨੂੰ ਚਾਹ ਦੀ ਕੁੱਟ ਲਿਆ ਦੇ, ਤੇ ਉਦੋਂ ਪਹਿਲਾਂ ਨਾ ਪਾਣੀ ਦਾ ਗਲਾਸ ਤੇ ਇੱਕ ਗੋਲੀ ਲਿਆ ਦੇ ਦਰਦ ਵਾਲੀ ਮੈਨੂੰ। ਕੋਈ ਨੀ ਜੀ ਲਿਆ ਦਿੰਦੀ ਹਾਂ, ਬਸ ਮੇਰੀ ਗੱਲ ਦਾ ਨਾ ਤੁਸੀਂ ਵਿਸ਼ਵਾਸ ਕਰਿਆ ਕਰੋ। ਬੁੜੀਆਂ ਦੀ ਗੱਲਾਂ ਚੋਂ ਨਿਬੜਦਾ ਵੀ ਕੀ ਆ, ਮੈਨੂੰ ਹੈ ਦੱਸ ਦੇ ਨਾ, ਉਹ ਜੇ ਉਹਨੂੰ 10 ਦਿਨ ਤਾਂ ਕੰਮ ਤੇ ਲੱਗੇ ਨੂੰ ਨਹੀਂ ਹੋਏ ਹੈਗੇ, 3 ਮਹੀਨੇ ਵਿਚਾਰਾ ਧੱਕੇ ਖਾਂਦਾ ਰਿਹਾ, ਮੈਥੋਂ ਮੰਗਾਉਂਦਾ ਰਿਹਾ, ਮੈਂ ਲੋਕਾਂ ਤੋਂ ਫੜਫੜ ਦਿੰਦਾ ਰਿਹਾ, ਅੱਜੀ ਨਾ ਉਹ ਡਾਲਰ ਭੇਜ ਦੇ। ਦਵਾਈਆਂ ਗਿਆ ਵੀ ਮੁੱਕ ਗਈਆਂ ਮੇਰੀਆਂ ਤਾਂ, ਮੇਰੇ ਤਾਂ ਨਾ ਲੱਤਾਂ 'ਚ ਬਾਲੀ ਦਰਦ ਹੋਈ ਜਾਂਦਾ। ਚੱਲ ਮੀਤ ਨੂੰ ਕਹਿੰਦੀ ਹਾਂ ਬਾਂਟੂ ਤੋਂ ਮੰਗਾ ਲੈਂਦੀ ਹਾਂ, ਨਹੀਂ ਉਹਨੂੰ ਕਹਿ ਦੂੰ ਵੀ ਆਹ ਪੱਤੇ ਜੇ ਦਿਖਾ ਕੇ ਲਿਆ। ਮੰਮੀ ਹਾਂ ਭਾਈ ਦੱਸ। ਮੈਂ ਨਾ ਤੁਹਾਨੂੰ ਐਵੇਂ ਕਹਿੰਦੀ ਸੀਗੀ ਵੀ ਮੈਂ ਨਾ ਦਵਾਈ ਲੈ ਕੇ ਆਉਣੀ ਸੀਗੀ ਤੇ ਤੁਸੀਂ ਮੇਰੇ ਨਾਲ ਚੱਲ ਪੈਂਦੇ ਮਾਨਸਾ। ਤੈਂ ਕਾਹਦੀ ਦਵਾਈ ਲੈ ਕੇ ਆਉਣੀ ਆ ਹੁਣ? ਮੰਮੀ ਤੁਹਾਨੂੰ ਪਤਾ ਤਾਂ ਹੈਗਾ, ਹੁਣ ਤੁਹਾਨੂੰ ਵਾਰੀ ਵਾਰੀ ਸਮਝਾਉਣਾ ਪਊਗਾ, ਨਾਲੇ ਹੁਣ ਤਾਂ ਤੁਹਾਡੇ ਕੋਲੇ ਪੈਸੇ ਵੀ ਹੈਗੇ, ਉਹਨਾਂ ਨੇ ਵੱਧ ਪੈਸੇ ਭੇਜੇ ਆ, ਜੇ ਹੁਣ ਤੁਸੀਂ ਮੈਨੂੰ ਟਾਈਮ ਨਾਲ ਦਵਾਈ ਦਵਾ ਲਿਆਉਂਗੇ ਤਾਂ ਚੰਗਾ, ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ। ਮੇਰੀ ਗੱਲ ਸੁਣ, ਪੈਸੇ ਜੇ ਉਹਨੇ ਭੇਜਤੇ ਤੇ ਫਿਰ ਉਹ ਆਈ ਤਾਂ ਨਹੀਂ ਡਾਉਣੇ, ਚੰਗੀ ਭਲੀ ਹੈਗੀ ਆ। ਨਾ ਮੇਰੀ ਗੱਲ ਸੁਣ, ਤੂੰ ਨੀ ਲੈਦਾ ਜਵਾਕ ਜੰਮਦੀ, ਮੈਂ ਵੀ ਜੰਮੇ ਨੇ, ਮੇਰੇ ਤਾਂ ਇੱਕ ਢਾਕ ਤੇ ਹੁੰਦਾ ਇੱਕ ਮੋਢੇ ਤੇ, ਮੈਂ ਤਾਂ ਇਹੋ ਜਿਹੇ ਚੋਜ ਨਹੀਂ ਕੀਤੇ ਨਾ ਦਵਾਈਆਂ ਨਾ ਜਵਾਕ ਹੋਣ। ਓਹੋ ਮੰਮੀ ਤੂੰ ਕਿਉਂ ਪੁਰਾਣੀਆਂ ਗੱਲਾਂ ਛੇੜਦੀ ਹੁੰਨੀ ਹੈਗੀ, ਉਦੋਂ ਜ਼ਮਾਨਾ ਹੋਰ ਸੀ, ਹੁਣ ਤਾਂ ਹੋਰ ਜ਼ਮਾਨਾ, ਹੁਣ ਤਾਂ ਡਾਕਟਰੀ ਇਲਾਜ ਹੀ ਕਰਵਾਉਣਾ ਪੈਂਦਾ। ਦੇਖਿਆ ਤੂੰ ਕਦੇ ਕਿਸੇ ਦੇ ਘਰੇ ਕੇਸ ਹੋਇਆ? ਸਭ ਦੇ ਹਸਪੀਟਲ 'ਚ ਹੁੰਦੇ ਆ। ਨਹੀਂ ਤੁਹਾਡੇ ਤਾਂ ਲੈਦੇ ਚੋਜ ਲੈਣੇ ਗੇ। ਮੇਰੀ ਗੱਲ ਸੁਣ,
ਮੈਂ ਤਾਂ ਇਹੋ ਜਿਹਾ ਕੁਛ ਦੇਖਿਆ ਨੀ। ਜਿਹੜਾ ਤੀਏ ਦਿਨ ਦਵਾਈ ਲੈਣ ਤੁਰ ਪੈਂਦੀ ਹੈਗੀ, ਦਵਾਈ ਮੇਰੀ ਮੁੱਕੀ ਪਈ ਆ। ਮੈਂ ਤਾਂ ਕਹਿੰਦੀ ਨੀ, ਮੈਂ ਤਾਂ ਹਜੇ 2 ਦਿਨ ਨਘਾ ਵੀ ਦਿੰਨੀ ਆ, ਤੂੰ ਦਵਾਈ ਮੁੱਕਦੀ ਨੀ ਹਜੇ, ਪਹਿਲਾਂ ਮਾਨਸਾ ਨੂੰ ਤਿਆਰ ਹੋ ਜਾਂਦੀ ਆ। ਤੇ ਫਿਰ ਆਈ ਮੰਮੀ ਤੁਹਾਨੂੰ ਮੈਂ ਕਹਿੰਦੀ ਆ, ਨਾਲੇ ਤਾਂ ਤੁਸੀਂ ਆਪਦੀ ਦਵਾਈ ਲੈ ਆਇਓ ਤੇ ਨਾਲੇ ਮੈਨੂੰ ਦਵਾਈ ਦਵਾ ਲਿਓ, ਵੀ ਹੁਣ ਤਾਂ 2 ਪੈਸੇ ਹੈਗੇ ਹੈਗੇ। ਫਿਰ ਕਹਿ ਦਿੰਦੀ ਆ ਮੇਰੇ ਕੋਲੇ ਪੈਸੇ ਨੀ ਹੁੰਦੇ ਦਵਾਈ ਦਵਾਉਣ ਨੂੰ। ਮੇਰੀ ਗੱਲ ਸੁਣ, ਮੇਰੇ ਨਾਲ ਵੱਧ ਘੱਟ ਜਵਾਨ ਨਾਲ ਲੜਾਇਆ ਕਰ, ਤੂੰ ਆਪਦਾ ਕੰਮ ਕਰ ਲੈ, ਭੱਗ ਜਾ ਮੇਰੇ ਕੋਲ। ਮੰਮੀ ਜਵਾਨ ਲੜਾਉਣ ਵਾਲੀ ਕਿਹੜੀ ਗੱਲ ਆ, ਜੇ ਮੈਂ ਤੁਹਾਨੂੰ ਦਵਾਈ ਨੂੰ ਕਹਿ ਦੇਣਾ ਕਿਸੇ ਚੀਜ਼ ਨੂੰ ਕਹਿ ਦੇਣਾ, ਤੁਸੀਂ ਮੇਰੇ ਉਲਟਾ ਗਾਲੀ ਪੈ ਜਾਂਦੇ ਹੋ। ਜਾ ਤੂੰ ਭੱਗ ਜਾ, ਮੇਰਾ ਬਾਹਲਾ ਦਿਮਾਗ ਨਾ ਖਾ। ਕਦੇ ਇਹਦੀ ਦਵਾਈ ਮੁੱਕ ਗਈ? ਦਵਾਈ ਕਾਹਨੂੰ ਮੁੱਕੀ ਆ, ਸੁਰਖੀ ਪਾਊਡਰ ਮੁੱਕਿਆ ਇਹਦਾ, ਮੈਨੂੰ ਤਾਂ ਐਂ ਲੱਗਦਾ। ਦੀਦੀ। ਹਾਂ ਸੰਦੀਪ। ਕੀ ਕਰੀ ਜਾਂਦੇ ਸੀ? ਕੁਛ ਨੀ, ਬਸ ਮੈਂ ਤਾਂ ਕੰਮ ਜਿਹਾ ਕਰਕੇ ਨਾ ਹੱਥ ਧੋਂਦੀ ਸੀ। ਦੱਸ ਕੰਮ ਸੀ ਕੋਈ? ਹਾਂ ਕੰਮ ਸੀ। ਉਹ ਬਾਈ ਕਿੱਥੇ ਆ? ਬਾਈ ਤਾਂ ਤੇਰੇ ਡਿਊਟੀ ਤੇ ਗਏ। ਡਿਊਟੀ ਤੇ ਗਏ ਆ? ਮੈਂ ਨਾ ਦਵਾਈ ਲੈਣ ਜਾਣਾ ਸੀਗਾ ਮਾਨਸਾ, ਤੇ ਮੰਮੀ ਨੂੰ ਵੀ ਪੁੱਛਿਆ ਸੀ, ਮੰਮੀ ਨੇ ਜਵਾਬ ਦਿੱਤਾ, ਕਹਿੰਦੀ ਮੈਂ ਜਾ ਨਹੀਂ ਸਕਦੀ। ਤੇ ਮੈਂ ਸੋਚਿਆ ਚਲ ਮੈਂ ਬਾਈ ਨਾਲ ਹੀ ਵਗ ਜੂ, ਨਾਲੇ ਮੈਨੂੰ ਲੈ ਜਾਂਦੇ, ਤੁਸੀਂ ਬੁਲਾ ਲੈਂਦੇ ਮਾੜਾ ਫੋਨ ਲਾ ਕੇ ਉਹਨਾਂ ਨੂੰ। ਦੇਖ ਤੇਰੇ ਬਾਈ ਨੂੰ ਤਾਂ ਮੈਂ ਬੁਲਾ ਨਹੀਂ ਸਕਦੀ, ਕਿਉਂਕਿ ਉਹ ਤਾਂ ਨਾ 2 ਮਿੰਟ ਵੀ ਲੇਟ ਨਹੀਂ ਹੋ ਸਕਦੇ ਹੈਗੇ, ਉਹ ਤਾਂ ਹੁਣ ਪਹੁੰਚ ਗਏ ਹੋਣੇ ਆ। ਪਹੁੰਚ ਤਾਂ ਗਏ ਹੋਣੇ, ਪਰ ਜੇ ਕਈ ਵਾਰੀ ਐਮਰਜੈਂਸੀ ਕੰਮ ਹੋ ਜਾਏ, ਮੈਂ ਪਤਾ ਇਕੱਲੀ ਇੱਥੇ ਕਿਵੇਂ ਜਾਊਂਗੀ, ਬੁਰੀ ਵੀ ਲੱਗੂ ਜਾਂਦੀ ਹਨਾ। ਸੰਦੀਪ ਦੇਖ, ਬੁਰੀ ਤਾਂ ਲੱਗੇਗੀ, ਤੈਨੂੰ ਪਤਾ ਉਹਨਾਂ ਦਾ ਵੀ ਮੋਢਾ ਦੁਖਦਾ, ਉਹ ਕਿੱਥੇ ਤੈਨੂੰ ਖਿੱਚੀ ਫਿਰਨਗੇ? ਖਿੱਚੀ ਤਾਂ ਨਾ ਫਿਰਨਗੇ, ਬਸ ਉਹ ਮੈਨੂੰ ਡਾਕਟਰ ਦੇ ਤਾਰ ਜਾਂਦੇ, ਉਧਰੋਂ ਮੈਂ ਆਪੀ ਆ ਜਾਂਦੀ ਬੱਸ ਤੇ ਚੜ ਕੇ, ਤੇ ਨਾਲੇ ਮੇਰਾ ਨਾ ਜਾਣਾ ਵੀ ਜ਼ਰੂਰੀ ਸੀਗਾ, ਕਿਉਂਕਿ ਮੇਰੀ ਦਵਾਈ ਬਾਹਲੀ ਖਤਮ ਹੋ ਰਹੀ ਸੀਗੀ ਤੇ ਹੈ ਵੀ ਨਹੀਂ ਹੈਗੀ ਸੀਗੀ। ਸੰਦੀਪ ਮੇਰੀ ਗੱਲ ਸੁਣ, ਦਵਾਈ ਤਾਂ ਤੂੰ ਹੀ ਖਾ ਖਾ ਕੇ ਨਾ ਆਪਦੀ ਸਿਹਤ ਨੂੰ ਕੰਗਾਲ ਕਰੀ ਜਾਂਦੀ ਆ, ਇੰਨੀਆਂ ਨਾ ਦਵਾਈਆਂ ਖਾਇਆ ਕਰ। ਦੀਦੀ ਮੇਰੀ ਸਿਹਤ ਨੂੰ ਨਹੀਂ ਕੰਗਾਲ ਕਰਦੀ, ਤੁਹਾਨੂੰ ਪਤਾ ਨਹੀਂ ਹੈਗਾ ਮੇਰੇ ਨਾ ਦਰਦ ਹੁੰਦਾ ਰਹਿੰਦਾ, ਤਾਂ ਕਰਕੇ ਫਿਰ ਮੈਨੂੰ ਟਾਈਮ ਤੇ ਦਵਾਈ ਲੈਣੀ ਪੈਂਦੀ ਆ, ਨਾਲੇ ਤੁਹਾਨੂੰ ਤਾਂ ਨਾ ਮੈਂ ਆਈ ਲੱਗਦੀ ਰਹਿੰਦੀ ਆ ਵੀ ਤੁਹਾਨੂੰ ਬਿਨਾਂ ਵਜ੍ਹਾ ਤੋਂ ਤੰਗ ਕਰਦੀ ਆ, ਤੇ ਤੁਸੀਂ ਮੈਂ ਆਈ ਕਹਿੰਦੀ ਸੀਗੀ ਵੀ ਕਹਿ ਦੋ ਬਾਈ ਨੂੰ, ਫਿਰ ਮੈਂ ਹੁਣ ਬੱਸ ਤੇ ਕਿਵੇਂ ਜਾਊਂਗੀ? ਦੇਖ ਸੰਦੀਪ, ਮੇਰਾ ਨਾ ਤੂੰ ਗੁੱਸਾ ਨਾ ਕਰੀ, ਜੇ ਤੂੰ ਤੇਰੇ ਬਾਈ ਨਾਲ ਜਾਏਗੀ ਨਾ, ਲੋਕ 100-100 ਗੱਲਾਂ ਕਰਨਗੇ, ਲੋਕਾਂ ਦਾ ਮੂੰਹ ਨਹੀਂ ਫੜ ਸਕਦੇ ਆਪਾਂ। ਦੀਦੀ ਮੇਰੀ ਤਾਂ ਗੱਲ ਮਨ ਦੇ ਨੇੜੇ ਤੇੜੇ ਵੀ ਨਹੀਂ, ਪਰ ਤੁਸੀਂ ਮੇਰੇ ਬਾਰੇ ਐਵੇਂ ਨਾ ਸੋਚਦੇ ਹੋ, ਮੈਂ ਤਾਂ ਕਦੇ ਸੋਚਿਆ ਵੀ ਨਹੀਂਗਾ। ਓਹ ਸੰਦੀਪ, ਮੈਂ ਕਿਉਂ ਤੇਰੇ ਬਾਰੇ ਐਂ ਸੋਚਦੀ ਹਾਂ, ਮੈਨੂੰ ਤਾਂ ਹੁਣ ਪਤਾ ਹੀ ਹੈ ਭੈਣ ਭਰਾ ਕਰਨ ਨੂੰ ਘਰ ਦੇ ਵਿੱਚ, ਪਰ ਲੋਕਾਂ ਦਾ ਮੂੰਹ ਨਹੀਂ ਨਾ ਫੜ ਸਕਦੇ, ਲੋਕਾਂ ਨੇ ਤਾਂ ਗੱਲਾਂ ਬਣਾਈ ਦੇਣੀਆਂ ਹੁੰਦੀਆਂ। ਚੱਲ ਫਿਰ ਹੁਣ ਤਾਂ ਮੈਨੂੰ ਬੱਸ ਤੇ ਜਾਣਾ ਪੈਣਾ, ਕਿਉਂਕਿ ਹੋਰ ਤਾਂ ਕੋਈ ਚਾਰਾ ਵੀ ਨਹੀਂ ਹੈਗਾ ਮੇਰੇ ਕੋਲ। ਚੱਲ ਕੋਈ ਨਹੀਂ ਸੰਦੀਪ, ਫਿਰ ਮੈਂ ਵੀ ਕੰਮ ਕਰਦੀ ਹਾਂ ਉੱਧਰ, ਤੇ ਤੂੰ ਦੇਖ ਲਾ ਆਪਦਾ ਕਿਵੇਂ ਕਰਨਾ, ਚੰਗਾ? ਦੀਦੀ ਵੀ ਮੇਰੇ ਬਾਰੇ ਉਲਟ ਸੋਚਦੇ ਆ, ਪਰ ਮੈਂ ਤਾਂ ਇਹ ਜੀ ਗੱਲ ਕਦੇ ਵੀ ਸੋਚੀ ਨਹੀਂ ਹੈਗੀ, ਬਾਈ ਨੂੰ ਹਮੇਸ਼ਾ ਭਰਾਵਾਂ ਵਾਂਗ ਸਮਝਿਆ। ਚੱਲ ਮੈਂ ਲੇਟ ਵੀ ਹੋਈ ਜਾਂਦੀ ਹਾਂ, ਬਾਗੀ ਜਾਵਾਂ ਟਾਈਮ ਨਾਲ, ਤੁਰ ਕੇ ਵੀ ਜਾਣਾ ਪਊ ਵੱਡੇ ਤੇ। ਦੇਖ ਲਾ ਦਲੀਏ ਜੇ ਨੂੰ ਹੱਥ ਹੀ ਨਹੀਂ ਲਾਉਂਦੀ ਆ, ਹੈ ਨਹੀਂ ਖਰਾਬ ਹੋਈ ਜਾਂਦਾ, ਪਰ ਉਹ ਇਕੱਲੀ ਜਾਣੀ ਵੀ ਕੀ ਕਰੇ, ਸਾਰਾ ਦਿਨ ਉਹ ਤੋਂ ਹੋਰ ਨਹੀਂ ਕੰਮ ਲੌਟ ਆਉਂਦੇ ਹੈਗੇ, ਉਹ ਅੰਦਰ ਬੜੀ ਰਹਿੰਦੀ ਹੈਗੀ, ਦੂਜੀ ਦਾ ਤਾਂ ਸਰੇ ਹੀ ਪਿਆ ਗਾ। ਤੇਰਾ ਜਮੇ ਹੀ ਸਰਿਆ ਪਿਆ, ਤੂੰ ਇੱਧਰ ਨਾ ਜਾ, ਕਿ ਕੋਈ ਆਉਂਦਾ ਵੀ ਹੋਊਗਾ। ਸਤਿ ਸ਼੍ਰੀ ਅਕਾਲ ਮਾਂ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਕਿਵੇਂ ਆ? ਮੈਂ ਤਾਂ ਵਧੀਆ ਠੀਕ, ਤੂੰ ਆਪਦੀ ਸਿਹਤ ਦੱਸ ਕਿਵੇਂ ਆ? ਠੀਕ ਆ ਪੁੱਤ, ਹੋਰ ਸਾਰੇ ਠੀਕ ਆ? ਹਾਂ ਹਾਂ ਵਧੀਆ ਠੀਕ ਆ, ਮੈਂ ਇਕੱਲੀ ਰੁੱਝੀ ਪਈ ਆ, ਬਸ ਆਪਦੀਆਂ ਗੱਲਾਂ ਕਰੀ ਜਾਂਦੀ ਜਵਾਨੀ ਗੇਟ ਵੱਲ ਜਾ ਕੇ। ਪੁੱਤ ਬਸ ਤੈਨੂੰ ਪਤਾ ਗਾ, ਧਿਆਨ ਰਹਿੰਦਾ ਮੀਂਹ ਤਾਂ ਪਾਣੀ ਲਿਆ ਪੁੱਤ, ਕਿਵੇਂ ਰਹਿੰਦੀਆਂ ਦੋਨੇ ਅੰਦਰ ਬੜੀਆਂ ਬੈਠੀਆਂ, ਦੇਖ ਲਾ ਇਕੱਲੀ ਆ ਬੈਠੀਆਂ ਹੈ, ਜਿਵੇਂ ਕਿਤੇ ਘਰੇ ਕੋਈ ਹੁੰਦਾ ਹੀ ਨੇ, ਬਿਠਾ ਲਿਆ ਕਰ ਕੋਲੇ, ਨਾਲੇ ਇਹਨਾਂ ਨੂੰ ਕੰਮ ਆ ਰਹਾ ਜੂਗਾ, ਨਾਲੇ ਗੱਲਾਂ ਬਾਤਾਂ, ਤੇਰਾ ਦਿਲ ਰਗਿਆ ਰਿਹਾ ਕਰੂ, ਮੈਨੂੰ ਤੋਰ ਕੇ ਇਕੱਲੀ ਦੀ ਇਕੱਲੀ ਹੈ ਤੂੰ ਤਾਂ। ਧੀਏ ਮੇਰੀ ਗੱਲ ਸੁਣ, ਹੁਣ ਛੋਟੀ ਤਾਂ ਤੈਨੂੰ ਪਤਾ ਕੰਮ ਧੰਦਾ ਕਰਦੀ ਫਿਰੀ ਜਾਂਦੀ ਆ, ਹੈ ਅੱਛਾ, ਵੱਡੀ ਉਹ ਅੰਦਰੋਂ ਬਾਹਰ ਹੀ ਨੀ ਨਿਕਲਦੀ, ਉਹਦਾ ਤਾਂ ਜਮੇ ਹੀ ਸ਼ਰਮ ਲਹੀ ਪਈ ਆ, ਕਿ ਦੱਸ ਮੈਂ ਕੀ ਕਰਾਂ। ਓਕੇ ਦੱਸ ਮੈਂ ਕੀ ਕਰਾਂ, ਫਿਰ ਲੱਖ ਲਾਣ ਤਾਂ ਤੇਰੇ ਸੱਸ ਹੋਣ ਦੇ, ਮੈਂ ਹੁੰਦੀ ਇਹਨਾਂ ਦੀ ਸੱਸ, ਮੈਂ ਤਾਂ ਮੂਹਰੇ ਲਾਈ ਰੱਖਦੀ ਹਾਂ ਚੁਟਕਿਆਂ ਚ ਵੀ, ਕਰੋ ਨੀ ਕੰਮ। ਸਤਿ ਸ਼੍ਰੀ ਅਕਾਲ ਭਾਬੀ, ਕਿਵੇਂ?
ਵਧੀਆ ਵਧੀਆ ਠੀਕ ਆ। ਅੰਦਰ ਹੀ ਬੜੀਆਂ ਬੈਠੀਆਂ ਹਨਾ, ਬਾਹਰ ਸਾਰ ਨਾ ਲਿਆ ਕਰੋ ਵੀ ਕੋਈ ਆਇਆ ਵੀ ਆ। ਨਹੀਂ ਮੈਂ ਤਾਂ ਹੁਣੇ ਗਈ ਸੀ ਮਾਂ ਨੂੰ ਪੁੱਛੋ ਸਾਰਾ ਕੰਮ ਕੁੰਮ ਜਾਣੇ ਵੇੜ ਕੇ ਨਾ, ਮੈਂ ਚੱਲ ਬਿੰਦ ਆਰਾਮ ਕਰ। ਨਾ ਇਹ ਤਾਂ ਮਾਂ ਨੇ ਦੱਸਿਆ ਸੀ, ਉਹ ਵੱਡੀ ਦੀ ਗੱਲ ਦੱਸਣ ਲੱਗੀ ਸੀ, ਇੰਨੇ ਤੂੰ ਆ ਗਈ, ਮੈਂ ਚੱਲ ਪਾਣੀ ਦੀ ਘੁੱਟ ਪੀ ਲਾ। ਮੀਤ ਤੂਰੇ ਬਹਿ ਜਾ ਪੁੱਤ, ਆਏ ਗੱਲਾਂ ਕਰ ਲਾ, ਤੂੰ ਮੇਰੀ ਗੱਲ ਸੁਣ, ਵੱਡੀ ਨੂੰ ਮਾਰਦੇ ਬੋਲ, ਚਾਹ ਦੀ ਘੁੱਟ ਕਰ ਲੂਗੀ। ਮਾਂ ਉਹ ਤਾਂ ਘਰੇ ਹੈ ਨਹੀਂ, ਮੈਂ ਬੋਲ ਕਿਵੇਂ ਮਾਰਦਾ। ਘਰੇ ਹੈ ਨਹੀਂ, ਹੋਰ ਕਿੱਥੇ ਗਈ ਉਹ? ਭੈਣੇ ਉਹ ਤਾਂ ਸ਼ਹਿਰ ਗਈ ਹੋਈ ਆ। ਸ਼ਹਿਰ ਗਈ ਆ? ਮੈਂ ਤਾਂ ਤੜਕੇ ਉਹਨੂੰ ਜਵਾਬ ਦਿੱਤਾ, ਸ਼ਹਿਰ ਕੀ ਲੈਣ ਗਈ ਆ? ਮਾਂ ਉਹ ਮੈਨੂੰ ਨਹੀਂ ਪਤਾ ਹੈਗਾ। ਚੱਲ ਕੋਈ ਨਾ ਭਾਬੀ, ਤੂੰ ਬਣਾ ਲਾ ਘੁੱਟ ਚਾਹ, ਉਹਨੂੰ ਆਉਣ ਦੇ, ਉਹਦੀ ਖਬਰ ਸਾਰ ਤਾਂ ਮੈਂ ਆਪ ਹੀ ਲੈਣੀ ਆ ਵੀ ਸ਼ਹਿਰ ਕਿਵੇਂ ਜਾਈਦਾ ਤੇ ਕਿਹਨੇ ਤੋਰਿਆ ਤੈਨੂੰ। ਨਾ ਤੈਨੂੰ ਜਮੀ ਨੀ ਪਤਾ, ਘਰੇ ਬੈਠੀ ਆ ਮੂੰਹ ਚੱਕੀ ਇੱਥੇ ਗੇਟ ਤੇ ਹੈ, ਅੱਗੇ ਸ਼ਹਿਰ ਗਈ ਦੇ ਨੀ ਪਤਾ ਲੈ, ਕਰ ਲਓ ਗੱਲਾਂ ਕੁੜੇ। ਨੀ ਮੇਰੀ ਗੱਲ ਸੁਣ, ਤੜਕੇ ਧੀਏ ਉਹਨੇ ਮੈਨੂੰ ਕਿਹਾ ਸੀ ਅੱਗੇ ਮੇਰੇ ਨਾਲ ਚੱਲ, ਮੈਂ ਤਾਂ ਪੱਲਾ ਝਾੜ ਗਈ, ਮੇਰੀ ਤਾਂ ਆਪਦੀ ਦਵਾਈ ਮੁੱਕੀ ਰਹਿੰਦੀ ਹੈਗੀ, ਮੈਂ ਉਹਨੂੰ ਵਿਚਣ ਵੀ ਹੁਣ ਦਵਾਈ ਰੋਜ਼ ਕਿੱਥੋਂ ਦਵਾਵਾਂ। ਨਾ ਉਹਨੂੰ ਸ਼ਰਮ ਨੀ ਆਉਂਦੀ, ਮੁੰਡਾ ਬਾਹਰ ਪ੍ਰਦੇਸਾਂ 'ਚ ਬੈਠਾ ਹੈ, ਉਹ ਦਵਾਈਆਂ ਤੇ ਪੈਸੇ ਫੂਕੀ ਜਾਂਦੀ ਆ ਵੀ ਦਵਾਈਆਂ ਖਾ ਕੇ ਕਰਨਾ ਕੀ ਆ, ਤੇਰੇ ਕੀ ਦੱਸ ਇੱਥੇ ਕੋੜ ਚੱਲਿਆ, ਉਹਨੂੰ ਹੋਇਆ ਕੀ ਆ? ਉਹਨੂੰ ਆਉਣ ਦੇ ਘਰੇ, ਮੈਂ ਪੁੱਛਦੀ ਆ ਉਹਨੂੰ ਵੀ ਕਿਵੇਂ ਕਰੀ ਦੇ ਲਫੈਂਡ ਪਣੇ, ਨਿਕਲ ਗਈ ਘਰੋਂ ਤੜਕੀ, ਨਾ ਇਹ ਨੀ ਸਾਰ ਵੀ ਕਿਸੇ ਨੇ ਆਉਣਾ ਹੋਊਗਾ ਰੋਟੀ ਟੁੱਕ ਕਰਨਾ ਕੰਮ ਕਾਰਨ ਤੁਰਨਾ ਨੀ, ਸੱਸਾਂ ਬਣ ਕੇ ਤੁਰਨਾ ਫਿਰਦਾ, ਤੂੰ ਨੀ ਬੋਲਦੀ ਤੂੰ। ਨੀ ਮੇਰੀ ਗੱਲ ਸੁਣ, ਬੋਲਦੀ ਕਿਉਂ ਨੀ, ਬਥੇਰਾ ਬੋਲਦੀਆਂ ਹੈ, ਤੇ ਹੁਣ ਛੋਟੀ ਤਾਂ ਸਾਰਾ ਦਿਨ ਕੰਮ ਕਰਦੀ ਫਿਰੀ ਜਾਂਦੀ ਆ, ਇਹੀ ਆ ਆਪ ਮਾਰੀ ਮੁੰਡਾ ਕਾਹਦਾ ਭੱਗ ਗਿਆ, ਮੈਨੂੰ ਤਾਂ ਇਹਨਾਂ ਨੇ ਮੂਹਰੇ ਲਾ ਰੱਖਿਆ ਗਾ। ਮੂਹਰੇ ਲਾ ਰੱਖਿਆ ਫਿਰ ਤੂੰ ਸੱਸ ਕਾਹਦੇ ਨਾਂ ਦੀ ਆ, ਉਹਦੀ ਗੁਤਰੀ ਨੂੰ ਦੇਰਾ ਬਟਾ, ਉਹਦੇ ਦੋ ਤਿੰਨ ਲਾਇਆ ਕਰ ਤੜਕੇ ਉੱਠਦੀ ਤੇ ਰਾਤ ਨੂੰ ਪੈਂਦੀ ਦੇ, ਇੱਥੇ ਤੈਨੂੰ ਕੀ ਦੱਸ ਤੇਰੇ ਪੁੱਤ ਦਾ ਡਰ ਆ ਹੈ? ਉੱਤੋਂ ਦੁੱਗਣੀਆਂ ਤਿੱਗਣੀਆਂ ਉਹਨੂੰ ਸ਼ੋਰ ਜੇ ਨੂੰ ਕਿਹਾ ਕਰ ਵੀ ਐਂ ਕਰਦੀ ਆਏ ਕਰਦੀ ਹੈਗੀ, ਤੂੰ ਤਾਂ ਆਪ ਮਹਾਰੀ ਕਰਤੀ, ਆਹ 4 ਸਾਲਾਂ ਨੂੰ ਮੁੰਡਾ ਆਜੂਗਾ, ਮੁੜ ਕੇ ਉਹਦਾ ਕੀ ਪਤਾ ਕਦੋਂ ਆ ਜੇ, ਹੈ ਐਂ ਨੀ ਪਤਾ ਕੱਲ੍ਹ ਪਰਸੋਂ ਨੂੰ ਆ ਜੇ। ਨੀ ਸਾਰੇ ਆ ਤਾਂ ਉਹ ਪੈਸਿਆਂ ਦੇ ਪੰਗੇ ਪਏ ਹੋਏ ਨੇ, ਉਹਨੂੰ ਪਾਤੇ ਪੈਸੇ, ਹੁਣ ਬਸ ਉਹ ਗੁਰਸੱਲੇ ਡਾਉਣੇ ਨੇ। ਗੁਰਸੱਲੇ ਡਾਉਣੇ ਆ? ਨਾ ਤੂੰ ਹੈ ਨੀ ਘਰੇ, ਤੇਰੇ ਅਕਾਊਂਟ ਹੈ ਨੀ, ਕੋਈ ਨਾ ਆਉਣੇ ਭਾਬੀ, ਨਾ ਤੇਰੇ ਅਕਾਊਂਟ ਹੈ ਨੀ ਗੇ ਕਿ ਅੱਗ ਲੱਗ ਗਈ, ਜਾਂ ਕਹਿ ਦਿੰਦਾ ਵੀ ਭੈਣ ਦੇ ਪੈਸੇ ਪਾ ਦੂੰਗਾ, ਇਹਨੂੰ ਮਾਲਕਣ ਬਣਾ ਦੇ ਹੁਣੀ, ਤੇ ਇਹ ਤਾਂ ਘਰ ਨੂੰ ਹੁੰਜੇ ਫਿਰ ਦੂਗੀ, ਮੁੜ ਕੇ ਪਛਤਾਏਗੀ ਪਛਤਾਏਗੀ। ਹਾਂ ਆ ਜਾ ਘੁੱਟ ਚਾਹ ਪੀ ਲੈਣੇ, ਉੱਥੇ ਕਰ ਲਾਂਗੇ ਗੱਲਾਂ, ਨਾਲੇ ਇਹਨੂੰ ਛੋਟੀ ਨੂੰ ਉਹ ਕਰਿਆ ਕਰ ਮਾੜਾ ਮੋਟਾ, ਦੱਬ ਕੇ ਰੱਖਿਆ ਕਰ। ਨਹੀਂ ਛੋਟੀ ਤਾਂ ਉਹਨੂੰ ਤਾਂ ਮੈਂ ਆਪੇ ਪੁੱਛ ਲੂੰਗੀ ਵੀ ਕਿਵੇਂ ਘਰੋਂ ਨਿਕਲੀ ਦੇ ਤੇ ਕਿਵੇਂ ਜਾਈਦਾ ਹੁੰਦਾ ਗਾ। ਆ ਜਾਣ ਦੇ ਉਹਨੂੰ ਮੈਡਮ ਨੂੰ ਡੀਕ ਲਾ, ਹੁਣ ਆਪ ਮਹਾਰੀਆਂ ਨੀ ਹੋਰੀਆਂ, ਇਹ ਕੀਤੀ ਹੈ ਤੂੰ ਇਹ ਜੀ ਮਾਂ ਗੀ? ਗੱਲ ਤਾਂ ਤੇਰੀ ਵੀ ਸਹੀ ਆ ਹਨਾ, ਮੈਂ ਤਾਂ ਬੰਟੂ ਨੂੰ ਕਹਿ ਕੇ ਆਪਦਾ ਬੈਂਕ ਚ ਖਾਤਾ ਖੁਲਾਉਣੀ ਆ। ਨਾ ਨਾ ਤੈਨੂੰ ਕੀ ਆ ਹਜੇ ਖਾਤਿਆਂ ਦੀ ਲੋੜ, ਮੁੜ ਕੇ ਇੱਥੇ ਕਿਸੇ ਨੇ ਕੱਫਣ ਨੀ ਪਾਉਣਾ, ਉਦੋਂ ਮੇਰੇ ਵਰਗੀ ਆਊਗੀ ਲੈ ਕੇ ਵੀ ਹਾਂ ਚੱਕ ਲਓ ਮੇਰੀ ਮਾਂ ਨੂੰ, ਉਦੋਂ ਦੇਖ ਲਾਂਗੇ ਇਹਨਾਂ ਤੋਂ ਕਢਾ ਲਈ ਪੈਸੇ, ਹੁਣ ਪੁੱਤਾਂ ਦੇ ਪੈਸੇ ਉਹਨਾਂ ਦੇ ਅਕਾਊਂਟਾਂ ਚ ਪਾਉਂਦੀ ਫਿਰਦੀ ਆ। ਨਹੀਂ ਗੱਲ ਤਾਂ ਗਗਨ ਦੀ ਸਹੀ ਆ, ਧੀ ਤਾਂ ਧੀ ਹੁੰਦੀ ਹੈਗੀ, ਪੁੱਤ ਤਾਂ ਪੁੱਤ ਹੀ ਰਹਿੰਦਾ, ਨਾ ਇਹ ਮੇਰਾ ਪੁੱਤ ਤਾਂ ਕਰਦਾ ਹੀ ਹੈਗਾ, ਤੇ ਨੂੰਹਾਂ ਕਿੱਥੇ ਕਿਸੇ ਦੀਆਂ ਬਣਦੀਆਂ ਨੇ ਹੈ, ਜੇ ਗਗਨ ਇਹ ਮੇਰੇ ਖਾਨੇ ਚ ਨਾ ਗੱਲ ਪਾਉਂਦੀ, ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਸੀ, ਅੱਜ ਹੀ ਲੈ ਬੰਟੂ ਨੂੰ ਕਹਿੰਦੀ ਖਾਤਾ ਖੁਲਾ ਕੇ ਲਿਆ ਭਾਈ ਮੇਰਾ। ਭੈਣੇ ਮੈਂ ਕਹਿੰਦੀ ਸੀ ਕੁਛ ਖਾਣ ਨੂੰ ਮੰਗਾ ਲੈਂਦੇ। ਨਾ ਮੈਂ ਤਾਂ ਕੁਛ ਨੀ ਖਾਣਾ ਹੈਗਾ, ਬਥੇਰਾ ਕੁਛ ਆਪਣੇ ਘਰੇ, ਦੁੱਧ ਪਿਆ ਗਾ, ਸੇਵੀਆਂ ਬਣਾ ਲਾ। ਚੱਲ ਸੇਵੀਆਂ ਤਾਂ ਭੈਣੇ ਮੈਂ ਬਣਾ ਲੂੰਗੀ, ਮੈਂ ਤਾਂ ਦਾਲ ਸਬਜ਼ੀ ਦੀ ਗੱਲ ਕਰਦੀ ਸੀ, ਪਨੀਰ ਪਨੂਰ ਕੋਈ ਮੰਗਾ ਲੈਂਦੇ ਆ, ਵਧੀਆ ਜੀ ਸਬਜ਼ੀ। ਦੱਸ ਦੇ ਧੀਏ, ਜੇ ਪਨੀਰ ਪਨੂਰ ਖਾਣਾ ਗਾ ਤਾਂ ਉਹ ਮੰਗਾ ਦਿੰਦੇ ਆ। ਨੀ ਮਾਂ ਤੈਨੂੰ ਪਤਾ ਤਾਂ ਹੈਗਾ ਕਿਉਂ ਬੇਫਾਲਤੂ ਪੈਸੇ ਲਾਉਣੇ, ਆਪਣੇ ਘਰੇ ਕੋਈ ਨਾ ਕੋਈ ਸਬਜ਼ੀ ਤਾਂ ਪਈ ਹੋਊਗੀ ਭਾਬੀ। ਸਬਜ਼ੀ ਤਾਂ ਮਾਂ ਮੈਂ ਗਾਜਰਾਂ ਕੱਟਣਾ ਸੀ, ਫਿਰ ਭੈਣੇ ਉਹੀ ਤਰ ਲਾਂ ਗਾਜਰਾਂ ਹੀ। ਗਾਜਰਾਂ ਹੀ ਬਣਾ ਲਾ, ਜਮੈਣ ਪਾ ਕੇ ਸੁੱਕਾ, ਮੈਨੂੰ ਤਾਂ ਬਾਹਲੀ ਸਵਾਦ ਲੱਗਦੇ, ਉਹੀ ਖਾ ਲੂੰਗੀ ਮੈਂ ਤਾਂ। ਚੱਲ ਮੈਨੂੰ ਤਾਂ ਐਸੀ ਮਸਾ ਮਸਾ ਤੂੰ ਆਉਣੀ ਆ ਹਨਾ। ਨਾ ਨਾ ਕੋਈ ਨਾ, ਫਿਰ ਕੀ ਹੁੰਦਾ ਆਉਣੀ ਨੂੰ, ਮੈਂ ਇਸੇ ਘਰ ਤੁਸੀਂ ਆ ਗਏ, ਦੱਸਿਆ ਵੀ ਨਹੀਂ ਮੈਨੂੰ। ਨਹੀਂ ਪਰਾਂ ਹੋ, ਦੱਸਿਆ ਨਹੀਂ ਤੈਨੂੰ, ਮੈਂ ਸਾਰੇ ਟੱਬਰ ਚੋਂ ਨਹੀਂ ਕਿਸੇ ਨੂੰ ਦੱਸਿਆ ਵੀ ਮੈਂ ਆਉਣੀ ਆ ਜਾਂ ਨਾ ਆਉਣੀ ਆ। ਨਾ ਤੈਨੂੰ ਸ਼ਰਮ ਸ਼ੁਰਮ ਹੈ ਕਿ ਨਾ, ਕਿੱਥੋਂ ਆਈ ਆ ਤੂੰ ਸਾਰਾ ਦਿਨ ਹੈ, ਹੁਣ ਆ ਗਈ ਅੱਖ ਨੇ 3 ਵਜੇ ਘਰੇ,
ਨਾ ਤੂੰ ਕਿਹਨੂੰ ਪੁੱਛ ਕੇ ਗਈ ਸੀ? ਤੜਕੇ ਜਦੋਂ ਤੈਨੂੰ ਮੈਂ ਜਵਾਬ ਦਿੱਤਾ ਸੀ ਦਵਾਈ ਨੂੰ, ਚੱਕਿਆ ਤੇ ਸਾੜ ਤੇ ਤੁਰ ਪਈ। ਓਹੋ, ਮੈਂ ਦਵਾਈ ਤਾਂ ਲੈ ਕੇ ਆਉਣੀ ਸੀ ਜਦੋਂ ਮੇਰੀ ਦਵਾਈ ਖਤਮ ਹੋ ਰਹੀ ਸੀ। ਦੇਖ ਗੱਠ ਦੀ ਜਵਾਨ ਲੱਗੀ। ਓਹੋ, ਅਕੇ ਮਾਂ ਮੇਰੀ ਤਾਂ ਦਵਾਈ ਖਤਮ ਹੋ ਗਈ ਤੇ ਹੈਗੀ ਆ ਘਰੇ ਕਿ ਜਿਉਂਦੀ ਮਾਰਤੀ ਵੀ ਤੁਸੀਂ ਨਿਕਲ ਜਾਓ, ਸਾਡੀ ਬੇਇੱਜ਼ਤੀ ਕਰਾਉਣ ਜੋਗੀ ਛੱਡਿਓ ਨਾ ਕੋਈ ਕਸਰ, ਕੱਲੀ ਤੁਰੀ ਫਿਰ ਡੰਡਿਆਂ ਵਾਂਗੂ ਵੱਜਦੀ, ਮੁੰਡਾ ਇੱਥੇ ਹੈ ਨੀ, ਡਰ ਨੀ ਭਾਉ ਨੀ ਕਿਸੇ ਕੰਜਰ ਦਾ ਇੱਥੇ ਇਹਨਾਂ ਨੂੰ। ਦੀਦੀ ਨੂੰ ਮੈਂ ਦੱਸ ਕੇ ਗਈ ਸੀਗੀ, ਮੈਂ ਕਿਹਾ ਦੀਦੀ ਚੱਲ। ਹਾਂ ਹਾਂ, ਦੀਦੀ ਨੂੰ ਦੱਸੂਗੀ, ਦੀਦੀ ਵੱਡੀ ਆ ਗਈ ਵੀ ਇਹਨੂੰ ਦੱਸੂਗੀ। ਜੇ ਤੂੰ ਵੱਡੀ ਆ ਤਾਂ ਮਤਲਬ ਇਹ ਨੀ ਵੀ ਤੈਨੂੰ ਕਿਸੇ ਦਾ ਡਰ ਹੀ ਨੀ ਗਾ, ਹੈਗਾ ਅਸੀਂ ਘਰੇ ਵੱਡੀਆਂ ਬੈਠੀਆਂ ਹਜੇ। ਮੇਰੀ ਤਾਂ ਗੱਲ ਸੁਣ ਲੈ, ਜੇ ਇਹ ਗੱਲ ਸੁਣਦੀ ਹੋਵੇ ਫੇਰ ਕਾਹਦੀਆਂ ਗੱਲਾਂ ਨੇ, ਇਹ ਤਾਂ ਮੇਰੀ ਇੱਕ ਵੀ ਨਹੀਂ ਗੱਲ ਸੁਣਦੀ। ਤੇਰੀ ਸੁਣਿਆ ਮੈਂ ਹੁਣ ਤੱਕ, ਤਾਂ ਮੈਂ ਬੋਲਦੀ ਹਾਂ ਜਦੋਂ ਤੂੰ ਨੀ ਬੋਲਦੀ, ਜਦੋਂ ਤੂੰ ਹੈ ਆਪ ਮਹਾਰੀ ਤੁਰ ਗਈ ਹੈ ਤੈਨੂੰ ਜਮੀ ਸ਼ਰਮ ਸੰਗਣੀ ਆਈ ਕੁੜੇ। ਓਹੋ ਦੀਦੀ, ਪਹਿਲਾਂ ਮੇਰੀ ਗੱਲ ਤਾਂ ਸੁਣ ਲਓ, ਤੁਸੀਂ ਤਾਂ ਐਂ ਟੁੱਟ ਕੇ ਪੈਣ ਲੱਗ ਗਏ ਮੈਨੂੰ। ਮੈਨੂੰ ਪਹਿਲਾਂ ਪੁੱਛਿਆ ਵੀ ਤੂੰ ਕਿਵੇਂ ਆਈ ਹੈ ਕਿਵੇਂ ਨਹੀਂ, ਆਉਣ ਸਾਰੀ ਅੰਡ ਲੱਗ ਗਏ ਉਹਨਾਂ ਦੇ। ਤੂੰ ਸੁਣਾ ਦੇ ਮੈਨੂੰ, ਤੂੰ ਸੁਣਾ ਦੇ, ਤੂੰ ਮਾਰਦੇ ਮਿੱਠੇ ਪੋਚੇ ਜਿਹੜੇ ਮਾਰਨੇ ਆ, ਹਾਂ ਸੁਣਾ ਦੇ ਗੱਪ ਸੱਪ ਜੇ ਕੋਈ ਰਹਿੰਦਾ ਦੱਸ। ਮਿੱਠੇ ਪੋਚੇ ਮਾਰਨ ਨੂੰ ਮੈਂ ਕਿਹੜਾ ਕੁਛ ਗਲਤ ਕੀਤਾ ਜਾਂ ਕਿਸੇ ਬੰਦੇ ਨਾਲ? ਤੁਸੀਂ ਮੈਨੂੰ ਫਾਲਤੂ ਤੁਰੀ ਫਿਰਦੀ ਨੂੰ ਦੇਖ ਲੈ, ਕੰਮ ਗਈ ਸੀ, ਦਵਾਈ ਲੈ ਕੇ ਆਈ ਆ, ਹੋਰ ਦੱਸ ਮੈਂ ਕਿੱਥੇ ਜਾਣਾ ਸੀਗਾ? ਕਰਦੀ ਮਾਂ ਦੇਖ ਲੈ ਇਹਨੂੰ, ਭੋਰਾ ਸ਼ਰਮ ਨੀ ਆਉਂਦੀ ਮੈਨੂੰ, ਕਹਿੰਦੀ ਨੀ ਬੰਦੇ ਨਾਲ ਤੇਰੇ ਟੋਟੇ ਨਾ ਕਰ ਦਾਂਗੇ ਇੱਥੇ ਪੀਸ ਹੈ ਪੱਟੀ ਪੜਾਉਣ ਵਾਲੀ ਸ਼ਰਮ ਸੰਗ ਹੈ ਨੀ ਆ ਵੀ ਕੁੜੇ ਨੂੰ ਐਸ ਕਰਦੀ ਚਲੇ ਇੰਚ ਬਾਹਰ ਨੀ ਤੁਰੀ ਗੇਟ ਨੀ ਟੱਪੀ ਤੂੰ ਮੀਂਹ ਤੂੰ ਚੁੱਪ ਕਰ ਜਾ ਤੂੰ ਸਪੋਰਟਾਂ ਨਾ ਲੈ ਜੇ ਤੂੰ ਛੋਟੀ ਹੈ ਨਾ ਫੇਰ ਵੀ ਤੂੰ ਵੱਡੇ ਵਾਂਗੂ ਘਰ ਸੰਭਾਲੀ ਬੈਠੀ ਆ ਤੇ ਆ ਵੱਡੀ ਹੋ ਕੇ ਚੌਧਰਾ ਕਰਨ ਲੱਗ ਗਈ ਲੈ ਮੈਂ ਦੀਦੀ ਨੂੰ ਦੱਸ ਕੀ ਗਈ ਆ ਜੇ ਮੈਂ ਬਿਨ ਦੱਸੇ ਘਰੋਂ ਜਾਂਦੀ ਨਾ ਫੇਰ ਤੁਸੀਂ ਤਾਂ ਐਵੇਂ ਮੈਨੂੰ ਆਉਣ ਸਾਰੀ ਲੜਨ ਲੱਗ ਗਈ ਤੂੰ ਮੇਰੀ ਧੀ ਨਾਲ ਲੜਨਾ ਤੇਰੇ ਤਾਂ ਉਹੀ ਫੰਗ ਬਥੇਰੇ ਨਿਕਲ ਰਹੇ ਨੇਗੇ ਹਾਂ ਆਉਣ ਦੇ ਮੁੰਡੇ ਦਾ ਫੋਨ ਮੈਂ ਲੈਣੀ ਆ ਉਹਦੀ ਖਬਰਸਾਰ ਵੀ ਕਿਵੇਂ ਘਰੋਂ ਜਾਈਦੇ ਤੇ ਕਿਵੇਂ ਘਰੋਂ ਤੁਰੀਆਂ ਫਿਰਦੀਆਂ ਦਾ ਮਾਂ ਮੈਂ ਵੀ ਨਾ ਕਹਿ ਕੇ ਗੁਗਲੀ ਨੂੰ ਫੇਰ ਮੈਨੂੰ ਬੱਸ ਚੜਾ ਕੇ ਫੇਰ ਗਿਆ ਉਹ ਅੱਡੇ ਤੋਂ ਮੁੜਿਆ ਇਹ ਲੈ ਅੱਡੇ ਤੱਕ ਕੱਲੀਆਂ ਟੇਵਲੇ ਫੋਟ ਮੈਂ ਮਾਂ ਨੂੰ ਕਿਹਾ ਸੀ ਵੀ ਤੁਸੀਂ ਮੇਰੇ ਨਾਲ ਰੱਖ ਜੋ ਮੈਂ ਤੁਹਾਡੇ ਨਾਲ ਜਾ ਕੇ ਦਵਾਈ ਲੈ ਆਉਂ ਨਾ ਤੂੰ ਮੈਨੂੰ ਐਂ ਦੱਸਿਆ ਸੀ ਵੀ ਮੈਂ ਕੱਲੀ ਨਿਕਲਦੀ ਹੈਗੀ ਹਾਂ ਹੁਣ ਮਾਂ ਨੂੰ ਦੱਸਿਆ ਸੀ ਮਾਂ ਨੇ ਤਾਂ ਜਵਾਬ ਦਿੱਤਾ ਸੀ ਮਾਂ ਨੇ ਮੈਨੂੰ ਦੱਸਤਾ ਸੀ ਵੀ ਮੈਂ ਤਾਂ ਜਵਾਬ ਦਿੱਤਾ ਸੀ ਤੂੰ ਦਵਾਈ ਬਿਨਾਂ ਤੇਰੀ ਜਾਨ ਨਿਕਲਦੀ ਸੀ ਕਾਹਦੀਆਂ ਦਵਾਈਆਂ ਖਾਂਦੀ ਹੈ ਤੂੰ ਪੈਸੇ ਦਿੱਤੇ ਸੀ ਤੇਰੇ ਖਸਮ ਨੇ ਤੇਰੇ ਅਕਾਊਂਟ 'ਚ ਪਾਏ ਸੀ ਉਹ ਕਢਾ ਕੇ ਲਈਆਂ ਕਿ ਆਪ ਹੀ ਖਾਂਦੀ ਫਿਰਦੀ ਹੈ ਬਾਹਰ ਮੈਂ ਓਹੋ ਦੀਦੀ ਇਹ ਜੀ ਕੋਈ ਗੱਲ ਨੀ ਹੈਗੀ ਕਿ ਨਾਲੇ 3 ਮਹੀਨੇ ਹੋ ਗਏ ਮੇਰੀ ਦਵਾਈ ਚੱਲੀ ਜਾਂਦੀ ਨੂੰ ਜੇ ਮੈਂ ਖਾਊਂਗੀ ਨਹੀਂ ਤਾਂ ਉਹ ਮੇਰੀ ਦਵਾਈ ਦਾ ਖਾਧੀ ਦੱਸ ਲੈ ਉਰਾ ਫੜਾ ਕੋਈ ਨਾ ਲਿਫਾਫਾ ਤੇਰਾ ਦਵਾਈਆਂ ਵੀ ਦੇਖ ਲੂੰਗੀ ਮੈਂ ਕਿਹੜਾ ਇੰਨੀ ਕੁ ਪੜੀ ਨਹੀਂ ਹੈਗੀ ਆ ਪੈਸੇ ਵੀ ਚੱਲ ਭੈਣੇ ਦਵਾਈਆਂ ਤਾਂ ਪੈਸਿਆਂ ਦੀ ਪਾਈ ਫਿਰਦੀ ਹੈ ਹਜੇ ਕਹਿੰਦੀ ਮੈਨੂੰ ਉਹ ਨੀ ਕੋਈ ਨਾ ਬਸ ਘਰੇ ਹਿਸਾਬ ਕਿਤਾਬ ਕਰਦੇ ਆ ਅਸੀਂ ਸੌਦਾ ਪੱਤਾ ਅਸੀਂ ਲਿਆਉਣੇ ਆ ਜਾਂ ਵਗ ਜਾ ਕੋਈ ਕੰਮ ਕਾਰ ਕਰ ਲਿਫਾਫਾ ਤੇ ਫੜਾ ਦੋ ਮੈਂ ਦਵਾਈ ਲੈ ਲੈਂਦੇ ਆ ਕਿ ਦਵਾਈਆਂ ਕੱਢ ਦਿੰਦੀ ਆ ਮੈਂ ਪੈਸੇ ਕਰ ਲਈ ਆ ਜਾ ਆਪਾਂ ਦਾਲ ਸਬਜ਼ੀ ਬਣਾ ਲੈਨੇ ਉਧਰ ਨਾ ਮੇਰੀ ਸਬਜ਼ੀ ਚੀਰੀ ਪਈ ਆ ਆ ਜਾ ਤੂੰ ਤਾਂ ਆਹ ਉੱਥੇ ਲਵਾਰੀ ਚ ਇਹਨੂੰ ਦਵਾਈਆਂ ਕੱਢ ਕੇ ਦੇ ਦੇ ਤੇ ਪੈਸੇ ਸਾਂਭਦੀ ਕੋਈ ਨਹੀਂ ਸਾਂਭ ਦੂੰ ਨਹੀਂ ਇਹਦੇ ਤਾਂ ਫੰਗ ਲਾ ਕੇ ਨਹੀਂ ਇਹਨੇ ਤਾਂ ਮੈਂ ਜਵੇਂ ਹੀ ਮਾਰਤੀ ਫੰਗ ਤਾਂ ਨਾ ਤੂੰ ਲਾਉਂਦੀ ਫਿਰਦੀ ਆ ਮਾਰਤੀ ਕਾਹਤੋਂ ਹੁਣ ਤਾਂ ਤੂੰ ਮੇਰੀ ਰੀਸ ਨਾਲ ਉਹਨੂੰ ਬੋਲਣ ਲੱਗ ਗਈ ਤੜਕੇ ਤਾਂ ਤੇਰੇ ਜਵਾਨ ਨਹੀਂ ਸੀ ਘਰੇ ਉਹ ਤਾਂ ਵਿਹੜੇ ਚ ਬੈਠੀ ਇਹਨਾਂ ਦੇ ਕੰਮ ਸਮਾਰੀ ਜਾਂਦੀ ਹੈ ਰਸੋਈ ਚੋਂ ਆ ਵੀ ਮੈਂ ਸੁੱਕਣਾ ਪਾ ਦਾ ਆ ਵੀ ਮੈਂ ਸੁੱਕਣਾ ਪਾ ਦਾ ਉਦੋਂ ਇਹਨੂੰ ਲਾਇਆ ਹੁੰਦਾ ਤੇ ਨਾਲੇ ਹੁਣ ਮੈਂ 2-4 ਦਿਨ ਇੱਥੇ ਆ ਇਹਨੂੰ ਸਿੱਧੀ ਕਰਕੇ ਨਾ ਫੇਰ ਜਾਊਂ ਤੱਕਲੇ ਵਾਂਗੂ ਮੈਂ ਨੀਤੀ ਮੈਨੂੰ ਡਰ ਲੱਗਦਾ ਗਾ ਵੀ ਉਹ ਤਾਂ ਬਾਹਰ ਭੱਗ ਗਿਆ ਮੁੰਡਾ ਤੇ ਇਹ ਤੈਨੂੰ ਪਤਾ ਫਿਰ ਇਹਦੇ ਗਿੱਠ ਦੀ ਜੀਭ ਲੱਗੀ ਹੋਈ ਆ ਤੇਰੇ ਮੂਹਰੇ ਕਿਵੇਂ ਫੜ ਫੜ ਬੋਲਦੀ ਸੀ ਹਜੇ ਕਹਿੰਦੀ ਮੈਂ ਨਰਮੀ ਵਾਲੀ ਆ ਕੋਈ ਨਾ ਜੇ ਇਹਦੇ ਗਿੱਠ ਦੀ ਜੀਭ ਲੱਗੀ ਆ ਤੇ ਮੈਨੂੰ ਫੜ ਕੇ ਖਿੱਚਣੀ ਆਉਂਦੀ ਆ ਚੱਲ ਨੀਤੀ ਚੱਲ ਆਪਾਂ ਵੀ ਕੋਈ ਕੰਮ ਧੰਦਾ ਦੇਖੀ ਅੰਦਰ ਮੇਰੀ ਗੱਲ ਸੁਣ ਹਾਂ ਤੂੰ ਨਾ ਗੁੱਸਾ ਕਰ ਚੱਲ ਜਿਹੋ ਜਿਹੇ ਤੂੰ ਕੱਪੜਾ ਲੀਂਦਾ ਕਹੇਂਗੇ ਮੇਰੇ ਕੋਲ ਵਾਧੂ ਰੁਪਈਏ ਨੇ ਹੈ ਮੈਂ ਤੈਨੂੰ ਦਵਾ ਲਿਆਉਂਗੀ
ਨੀ ਮਾਂ ਕੱਪੜੇ ਲੀੜਿਆਂ ਦੀ ਗੱਲ ਨੀ, ਗੱਲ ਤਾਂ ਘਰ ਦੇ ਕੰਟਰੋਲ ਦੀ ਆ, ਵੀ ਇਹ ਤਾਂ ਹੱਥਾਂ ਚੋਂ ਬਾਹਰ ਹੋਈਆਂ ਫਿਰਦੀਆਂ। ਨੀ ਫਿਰ ਹੁਣ ਮੇਰੇ ਵੀ ਕੋਈ ਬਸ ਦੱਸ ਨੀ ਹੈਗੀ ਗੱਲ, ਮੈਂ ਕਰਾਂ ਵੀ ਕੀ ਕਰਾਂ, ਮੈਨੂੰ ਆਏ ਦੱਸ ਦੇ। ਤੂੰ ਮਰ ਜਾ ਟੋਬੇ ਚ ਨੱਕ ਡੋ ਕੇ, ਹੋਰ ਤੂੰ ਕੀ ਕਰਨਾ, ਮੈਥੋਂ ਰਾਇਆ ਲੈਂਦੀ ਆ, ਦੇਖ ਲਾ ਹਜੇ ਉਹਨਾਂ ਦੀ ਸੱਸ ਹੋ ਕੇ ਹੈ। ਨੀ ਮੈਨੂੰ ਤਾਂ ਐਂ ਡਰ ਲੱਗਦਾ ਵੀ ਕਿਤੇ ਹੋਰ ਨਾ ਪੇਕੀ ਜਾ ਕੇ ਬਹਿ ਜੇ। ਨੀ ਕਿਧਰੇ ਨੀ ਇਹ ਜਾਂਦੀਆਂ, ਪੇਕੇ ਨੀ ਚੱਲਦੇ ਹੁੰਦੇ ਜਦੋਂ ਵਿਆਹ ਕੀ ਤੋਰਤੀਆਂ, ਪੇਕੇ ਜਾ ਕੇ ਬਹਿ ਜੂਗੀ, ਘਾਟਾ ਕੀ ਦਾ ਇਹਦਾ, ਹੈ ਬਾਹਰਲਾ ਮੁੰਡਾ ਗਾ, ਉਹ ਕੀ ਇੱਥੇ ਕਮਾਈਆਂ ਕਰਦਾ, ਚੱਲ ਕੋਈ ਨਾ ਬਸ ਪਕਾਈ ਜਿੰਨੀ ਕਰ ਲਾ ਥੋੜੀ ਇਹਨਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ, ਵੀਡੀਓ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ। ਇੱਕ ਗੱਲ ਹੋਰ ਜੀ, ਤੁਸੀਂ ਕਮੈਂਟ ਬਹੁਤ ਘੱਟ ਕਰਦੇ ਹੋ, ਪਲੀਜ਼ ਕਮੈਂਟ ਕਰਦਿਆ ਕਰੋ। ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ, ਅਤੇ ਨਾਲ ਹੀ ਬੈਲ ਆਈਕੋਨ ਦਾ ਬਟਨ ਦਬਾਉਣਾ ਨਾ ਭੁੱਲਿਆ ਕਰੋ, ਕਿਉਂਕਿ ਤਾਂ ਹੀ ਤੱਕ ਸਾਡੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ।